फिर थानू एक अपनी कहानी मैं सुनाना होर। जदों किते असी नवीं क्लास चढ़दे ना तां नवीं किताबां वास्ते फीस वास्ते पैसे ना हुंदे, असी उदास हो जांदे। माँ इह कहिंदी हुंदी सी जिहड़ा बच्चा उदास होवे ना मैनूं इउं लगदा वी उह गुरु गोबिंद सिंह जी ते शक करदा। ਉਹ ਕਿੰਨੀਆਂ ਤਾਕਤਾਂ ਦੌਲਤਾਂ ਦੇ ਮਾਲਕ ਨੇ, ਤੁਹਾਨੂੰ ਮੰਗਣਾ ਤਾਂ ਆਵੇ ਉਹਨਾਂ ਤੋਂ, ਮੰਗਣਾ ਸਿੱਖੋ ਤੁਸੀਂ। ਜੋ ਮੰਗੋਗੇ, ਵਿੱਦਿਆ ਮੰਗੋਗੇ ਵਿੱਦਿਆ ਮਿਲੂ, ਦੌਲਤ ਮੰਗੋਗੇ ਦੌਲਤ ਮਿਲੂਗੀ, ਸੰਸਾਰ ਦੇ ਮਾਲਕ ਨੇ ਕਾਇਨਾਤ ਦੇ, ਮੰਗਣਾ ਸਿੱਖੋ, ਸ਼ੱਕ ਨਾ ਕਰੋ। ਇਹ ਗੱਲ ਬਚਪਨ 'ਚ ਮਾਂ ਤੋਂ ਸੁਣੀ ਅਤੇ ਵੱਡਾ ਹੋ ਕੇ ਜਦੋਂ ਮੈਂ ਭਾਈ ਲਖਸ਼ਵੀਰ ਸਿੰਘ ਨੂੰ ਮਿਲਣ ਗਿਆ, ਫਾਰਸੀ ਦਾ ਅਜ਼ੀਮ ਸ਼ਾਇਰ, ਬਹੁਤ ਪਿਆਰ ਕੀਤਾ ਭਾਈ ਲਖਸ਼ਵੀਰ ਸਿੰਘ ਨੂੰ ਮੇਰੀ ਲਿਖਤ ਰਾਹੀਂ, ਕੋਈ ਜਾਣਦਾ ਨਹੀਂ ਸੀ ਮੈਨੂੰ। ਮੈਂ ਕਿਹਾ ਫਾਰਸੀ ਦੀ ਕਦੋਂ ਆਦਤ, ਕਦੋਂ ਸ਼ੌਕ ਪਿਆ ਫਾਰਸੀ ਸਿੱਖਣ ਦਾ? ਕਹਿੰਦਾ ਜੀ ਸ਼ਦਾਈ ਹੋਇਆ ਰਹਿ, ਮੈਂ ਫਾਰਸੀ ਦਾ ਤਾਂ ਬਚਪਨ ਤੋਂ ਸ਼ਦਾਈ ਸੀ। ਵਾਕ ਸੁਣੋ ਉਹਨਾਂ ਦਾ, ਕਹਿੰਦੇ ਪੰਨੂ ਸਾਹਿਬ ਅੱਠਵੀਂ ਜਮਾਤ ਪਾਸ ਕਰਨ ਤੋਂ ਪਹਿਲੋਂ ਪਹਿਲੋਂ ਮਹਾਰਾਜ ਦੇ ਜੋੜਿਆਂ ਤੋਂ ਲੈ ਕੇ ਕਲਗੀ ਤੱਕ ਕਸੀਦੇ ਲਿਖ ਦਿੱਤੇ ਸੀ ਮੈਂ ਫਾਰਸੀ 'ਚ। ਜਦੋਂ ਕਸੀਦਾ ਲਿਖਦਾ ਗੁਰਦੁਆਰੇ ਜਾਂਦਾ, ਮਹਾਰਾਜ ਦੇ ਚਰਨਾਂ 'ਚ ਰੱਖਦਾ, ਹੱਥ ਜੋੜ ਕੇ ਕਹਿੰਦਾ ਹੁੰਦਾ ਸੀ ਪਿਤਾ ਮੈਂ ਉਨੀ ਫਾਰਸੀ ਦੀ ਨਜ਼ਮ ਥੋੜ੍ਹਾ ਮੰਗਦਾ ਜਿੰਨੀ ਤੁਸੀਂ ਭਾਈ ਆਨੰਦ ਲਾਲ ਜੀ ਨੂੰ ਦਿੱਤੀ ਸੀ, ਪਰ ਮੈਂ ਕੁਛ ਹੱਕਦਾਰ ਤਾਂ ਮੈਂ ਵੀ ਹਾਂ। ਕਹਿੰਦਾ ਜੀ ਨਿੱਕੇ ਜਿਹੇ ਮੰਗਤੇ ਨੂੰ ਦੇਖ ਕੇ ਮਹਾਰਾਜ ਨੂੰ ਇਹ ਪਤਾ ਲੱਗ ਗਿਆ ਵੀ ਇਹਨੂੰ ਮੰਗਣਾ ਆਉਂਦਾ। ਉਹਨਾਂ ਨੇ ਮੈਨੂੰ ਫਾਰਸੀ ਦੀ ਨਜ਼ਮ ਤਾਂ ਦਿੱਤੀ, ਅਰਬੀ ਤਾਂ ਮੈਂ ਮੰਗੀ ਨਹੀਂ ਸੀ, ਅਰਬੀ ਮੈਨੂੰ ਰੂੰਗੇ 'ਚ ਹੀ ਦੇ ਦਿੱਤੀ। ਤਾਰਿਕ ਕਿਫਾਇਤੁੱਲਾ ਸਾਹਿਬ ਮੇਰੇ ਨਾਲ ਗਏ ਸਨ ਜਦੋਂ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ, 2.5 ਦਿਨ ਇੰਟਰਵਿਊ ਕੀਤੀ ਸੀ। ਭਾਈ ਲਖਸ਼ਵੀਰ ਸਿੰਘ ਕਹਿੰਦੇ ਕਿੰਨਾ ਕੁ ਹਿਫਜ਼ ਹੈ ਕੁਰਾਨ ਸ਼ਰੀਫ ਪ੍ਰੋਫੈਸਰ ਸਾਹਿਬ? ਤਾਰਿਕ ਸਾਹਿਬ ਕਹਿੰਦੇ ਜੀ ਸਿਰਫ ਨਮਾਜ਼ ਦੀਆਂ ਆਇਤਾਂ। ਕਹਿੰਦੇ ਉਮਰ ਵੱਡੀ ਹੋ ਗਈ, ਇਹੋ ਜਿਹੀਆਂ ਗੱਲਾਂ ਕੀ ਕਰਨੀਆਂ, ਪਰ ਮੈਂ ਹਾਫਿਜ਼ ਸੀ ਕੁਰਾਨ ਸ਼ਰੀਫ ਦਾ। ਮੇਰਾ ਜਵਾਨ ਦੋਸਤ 47 ਦੇ ਦੰਗਿਆਂ 'ਚ ਮਰ ਗਿਆ ਸੀ, ਕਤਲ ਹੋ ਗਿਆ ਸੀ, ਉਹ ਨਮਾਜ਼ੀ ਸੀ। ਉਹਦੀ ਥਾਂ 'ਤੇ 10 ਸਾਲ ਤੱਕ ਦਿਨ 'ਚ 5 ਵਾਰੀ ਨਮਾਜ਼ ਮੈਂ ਪੜ੍ਹਦਾ ਹੁੰਦਾ ਸੀ, ਰੱਬ ਅੱਗੇ ਦੁਆ ਕਰਦਾ ਸੀ ਆਪਣੇ ਕਦਮਾਂ 'ਚ ਥਾਂ ਦੇਈ ਮੇਰੇ ਮਿੱਤਰ ਨੂੰ। ਕਹਿੰਦੇ ਅੰਦਾਜ਼ ਦੇਖੋ ਤੁਸੀਂ, ਕਹਿੰਦੇ ਆਪਣੇ ਉੱਪਰ ਮਹਾਰਾਜ ਨੇ ਕਿੰਨੀਆਂ ਮਿਹਰਬਾਨੀਆਂ ਕੀਤੀਆਂ ਉਹ ਗਿਣਤੀਆਂ ਕਰਦੇ ਨੇ ਕੋਈ? ਅੱਜ ਤੱਕ ਕਰੀ ਜਾ ਰਹੇ ਨੇ ਸਾਡੇ 'ਤੇ ਮਿਹਰਬਾਨੀਆਂ, ਗਿਣਤੀ ਕਰਦੇ ਨੇ? ਫਿਰ ਕਹਿੰਦੇ ਤੁਸੀਂ ਕਿਸੇ ਬਹੁਤ ਵੱਡੇ ਸ਼ਾਹੂਕਾਰ ਨੂੰ ਜੇ ਪੁੱਛੋ ਨਾ ਵੀ ਤੁਹਾਡੇ ਕੋਲ ਕਿੰਨਾ ਕੁ ਪੈਸਾ ਹੈ, ਉਹ ਆਖੂਗਾ ਮੈਨੂੰ ਕੀ ਪਤਾ, ਮੇਰੇ ਮੁਨੀਮ ਨੂੰ ਪਤਾ ਹੋਣਾ, ਮੁਨੀਮ ਤੋਂ ਪੁੱਛੋ। ਕਹਿੰਦੇ ਪ੍ਰੋਫੈਸਰ ਸਾਹਿਬ ਆਪਣੇ ਹੱਥ 'ਚ ਵਹੀ ਦੇਖ ਕੇ, ਵਹੀ ਮੈਨੇ ਕਿਤਾਬ, ਆਪਣੇ ਹੱਥ 'ਚ ਵਹੀ ਦੇਖ ਕੇ ਲੋਕ ਆਪਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਮਹਾਰਾਜ ਦੇ ਮੁਨੀਮ ਨੇ, ਇਹਨਾਂ ਤੋਂ ਕੁਛ ਮਿਲੂਗਾ, ਪਤਾ ਆਪਾਂ ਨੂੰ ਵੀ ਕੁਛ ਨਹੀਂ। ਕਹਿੰਦੇ ਜਿੰਨੀਆਂ ਉਹਨਾਂ ਨੇ ਮਿਹਰਬਾਨੀਆਂ ਕੀਤੀਆਂ ਉਹ ਗਿਣਤੀਆਂ ਨਹੀਂ ਕਰਦੇ। ਫਿਰ ਕਹਿੰਦੇ ਸੁਲਤਾਨਪੁਰ ਦੇ ਮੋਦੀ ਖਾਨੇ 'ਚ 13 ਤੋਂ ਅੱਗੇ ਗਿਣਤੀ ਭੁੱਲ ਗਈ ਸੀ ਉਹਨਾਂ ਨੂੰ, ਉਹ ਜਿਹੜਾ ਲੱਖ ਪਤਾਲ ਅਤੇ ਲੱਖ ਆਕਾਸ਼ ਦਾ ਮਾਲਕ ਸੀ ਉਹ ਗਿਣਤੀਆਂ 'ਚੋਂ ਨਿਕਲਣਾ ਚਾਹੁੰਦਾ ਸੀ ਕਿਉਂਕਿ ਗਿਣਤੀਆਂ ਤੋਂ ਬਾਹਰ ਸੀ ਉਹ, ਇਹ ਲਖਸ਼ਵੀਰ ਸਿੰਘ 13-13 ਕਹਿੰਦਾ ਹੋਇਆ ਉਹ ਗਿਣਤੀਆਂ 'ਚੋਂ ਪਾਰ ਹੋ ਗਿਆ। ਜਨਮ ਸਾਖੀ 'ਚ ਪੜ੍ਹੀ ਇਹੀ ਗੱਲ। ਭਾਈ ਮਰਦਾਨਾ ਜੀ ਇੱਕ ਦਿਨ ਕਹਿੰਦੇ ਜੀ ਬਾਬਾ ਜੀ ਕਿੰਨੇ ਹਜ਼ਾਰ ਕੋਸ ਦੂਰ ਆ ਗਏ ਹੋਵਾਂਗੇ ਤਲਵੰਡੀਓ? ਬਾਬੇ ਕਹਿਆ ਭਾਈ ਗਿਣਤੀਆਂ ਨਹੀਂ ਕਰਨੀਆਂ। ਚਲੇ ਜਾ ਰਹੇ ਨੇ ਹਫ਼ਤੇ, ਮਹੀਨੇ, ਸਾਲ ਬੀਤੇ। ਇੱਕ ਦਿਨ ਭਾਈ ਮਰਦਾਨਾ ਜੀ ਕਹਿੰਦੇ ਜੀ ਬਾਬਾ ਜੀ ਸਾਨੂੰ ਤਾਂ ਯਾਦ ਨਹੀਂ ਕਿੰਨੇ ਬਰਸ ਬੀਤ ਗਏ ਹੋਣਗੇ ਤਲਵੰਡੀ ਛੱਡੀ ਨੂੰ। ਬਾਬੇ ਕਹਿਆ ਭਾਈ ਜੀ ਅੱਗੇ ਵੀ ਕਹਿਆ ਥਾ ਗਿਣਤੀਆਂ ਨਹੀਂ ਕਰਨੀਆਂ। ਗਿਣਤੀਆਂ ਮਿਣਤੀਆਂ ਦਾ ਸਿਲਸਿਲਾ ਜਿਹੜਾ ਉਹ ਖਤਮ ਹੈ। ਅਤੇ ਹੋਇਆ ਕੀ ਕਿ ਮੈਨੂੰ ਮਿਲ ਗਈ ਛੁੱਟੀ 1 ਸਾਲ ਦੀ, ਭਈ ਇਹਨੂੰ ਟੋਕਣਾ ਨਹੀਂ, ਸ਼ੁਰੂ ਕਰ ਦਿੱਤਾ ਜੀ ਰੱਟਾ, ਕਹਾਣੀ ਨੂੰ ਵੀ ਰੱਟਾ, ਜਿਹੜੀ ਚੀਜ਼ ਯਾਦ ਹੋ ਗਈ ਫਿਰ ਰੱਟਾ, ਭੁੱਲ ਸਕਦਾ? ਮੇਰਾ ਪਿੰਡ ਦਾ ਸਕੂਲ ਸੀ 8ਵੀਂ ਦਾ, ਆਲੇ ਦੁਆਲੇ ਦੇ 13 ਪਿੰਡ ਸਨ ਪ੍ਰਾਇਮਰੀ ਦੇ,
ਪੰਜਵੀਂ ਦਾ ਇਮਤਿਹਾਨ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਲਿਆ ਕਰਦਾ ਸੀ, ਬਾਹਰੋਂ ਸਟਾਫ ਆਉਂਦਾ ਸੀ, ਬਾਹਰੋਂ ਪੇਪਰ ਛਪ ਕੇ ਆਉਂਦੇ ਹੁੰਦੇ ਸੀ, ਆਨਸਰ ਸ਼ੀਟਾਂ ਵੰਡੀਆਂ ਜਾਂਦੀਆਂ ਹੁੰਦੀਆਂ ਸੀ, ਉਨੇ ਦਿਨ ਉੱਥੇ ਰਹਿਣਗੇ ਜਿੰਨੇ ਦਿਨ ਤੱਕ ਰਿਜ਼ਲਟ ਤਿਆਰ ਨਹੀਂ ਹੁੰਦਾ। ਸਾਡਾ ਆਪਣਾ ਸਟਾਫ ਹੈ ਜਿਹੜਾ ਉਹ ਡਿਊਟੀਆਂ ਦੇਊਗਾ ਬਾਹਰਲੇ ਸਕੂਲਾਂ 'ਚ। 14 ਪਿੰਡਾਂ ਦੇ ਬੱਚਿਆਂ ਦਾ ਇਮਤਿਹਾਨ ਹੋਇਆ। ਜੇ ਲਿਖਿਆ ਹੁੰਦਾ ਸੀ ਨਾ ਵੀ ਹੇਠਲੇ ਕਿ 7 ਸਵਾਲਾਂ ਵਿੱਚੋਂ 5 ਹੱਲ ਕਰੋ, 7 ਦੇ 7 ਹੱਲ ਕਰਦਾ ਆਉਂਦੇ ਹੁੰਦੇ ਸੀ। ਇੰਨਾ ਮੈਨੂੰ ਪਤਾ ਲੱਗ ਗਿਆ ਸੀ ਬਚਪਨ 'ਚ ਕਿ ਮੇਰਾ ਦਿਮਾਗ ਤਿੱਖਾ ਨਹੀਂ ਹੈ, ਮੇਰੇ ਜਮਾਤੀਆਂ ਦੇ ਦਿਮਾਗ ਮੇਰੇ ਤੋਂ ਦੁੱਗਣੇ ਤਿੱਖੇ ਨੇ। ਫਿਰ ਸੋਚਦਾ ਜੇ ਫਿਰ ਉਹਨਾਂ ਦੇ ਨਾਲ ਰਲਣਾ ਤਾਂ ਮੈਨੂੰ ਦੁੱਗਣੀ ਮਿਹਨਤ ਕਰ ਲੈਣੀ ਚਾਹੀਦੀ ਹੈ, ਜੇ ਥੋੜ੍ਹਾ ਜਿਹਾ ਅੱਗੇ ਲੰਘਣਾ ਤਾਂ ਫਿਰ 2.5 ਗੁਣਾ ਮਿਹਨਤ ਕਰ ਲੈਣੀ ਚਾਹੀਦੀ ਹੈ। ਮੇਰੇ ਕੋਲ ਦਿਮਾਗ ਤਾਂ ਆਪਣੇ ਵੱਸ ਦੀ ਹੱਥ ਵੱਸ ਨਹੀਂ ਨਾ, ਮਿਹਨਤ ਤਾਂ ਮੇਰੇ ਹੱਥ ਵੱਸ ਹੈਗੀ। ਚੌਂਕੜੀ ਮਾਰ ਕੇ ਬੈਠੋ, ਫਿਰ ਬੈਠਦਾ, ਰਿਜ਼ਲਟ ਡਿਕਲੇਅਰ ਹੋਇਆ, 14 ਸਕੂਲਾਂ 'ਚੋਂ ਟੋਪ ਕਰ ਗਿਆ। ਮੈਂ ਰਿਜ਼ਲਟ ਸੁਣਿਆ, ਘਰ ਕਾਹਨੂੰ ਗਿਆ, ਮੈਂ ਸਕੂਲ 'ਚੋਂ ਸਿੱਧਾ ਖੇਤ ਦੌੜਿਆ। ਦੌੜਦਾ ਦੌੜਦਾ ਖੇਤ ਪਹੁੰਚਿਆ, ਬਾਪੂ ਜੀ ਨੂੰ ਚਾਚਿਆਂ ਨੂੰ ਖਬਰ ਦੱਸੀ, ਸਭ ਤੋਂ ਅੱਗੇ ਲੰਘਿਆ, ਬਾਣੀਆਂ ਤੋਂ ਵੀ ਅੱਗੇ ਲੰਘਿਆ, ਸ਼ਾਬਾਸ਼ ਮਿਲੀ। ਮੈਨੂੰ ਬਾਪੂ ਜੀ ਕਹਿੰਦੇ ਰੋਟੀ ਕਿੱਥੇ, ਮੈਂ ਰੋਟੀ ਤਾਂ ਭੁੱਲਿਆ, ਜਾ ਕਹਿੰਦੇ ਭੱਜਿਆ ਫਿਰ ਰੋਟੀ ਲੈ ਕੇ ਆ। ਸਕੂਲ 'ਚੋਂ ਭੱਜਿਆ ਭੱਜਿਆ ਖੇਤ, ਖੇਤੋਂ ਭੱਜਿਆ ਭੱਜਿਆ ਘਰ, ਘਰੋਂ ਭੱਜਿਆ ਭੱਜਿਆ ਫਿਰ ਖੇਤ। ਉਹ ਭੱਜਣ ਦੀ ਆਦਤ ਇਹੋ ਜਿਹੀ ਪਈ ਕਿ ਹੁਣ ਤੱਕ ਨਹੀਂ, ਮੈਂ ਹੌਲੀ ਤੁਰਦਾ ਹੁਣ ਵੀ ਭੱਜੀ ਜਾਂਦਾ, ਕਿਤੇ ਪਿੱਛੇ ਨਾ ਰਹਿ ਜਾਈਏ। ਦੋਸਤੋ, ਪੰਜਵੀਂ 'ਚੋਂ ਲੱਗਿਆ 5 ਰੁਪਈਏ ਮਹੀਨਾ ਵਜ਼ੀਫਾ, 8ਵੀਂ 'ਚੋਂ ਲੱਗਿਆ 8 ਰੁਪਈਏ ਮਹੀਨਾ, 10ਵੀਂ 'ਚੋਂ ਲੱਗਿਆ 10 ਰੁਪਈਏ ਮਹੀਨਾ। ਮਾਸਟਰਾਂ ਤੋਂ ਪੁੱਛਿਆ, ਮੈਂ ਬਾਪੂ ਜੀ ਕੋਲ ਗਿਆ ਨੰਬਰ, ਵੱਡਾ ਭਰਾ ਕਹਿੰਦਾ ਹੁੰਦਾ ਸੀ ਕਿ ਮੇਰੇ ਤੋਂ ਵੱਧ ਨੰਬਰ ਲੈ ਕੇ ਦਿਖਾਵੇ ਕੋਈ, ਵੱਧ ਨੰਬਰ ਲੈ ਲਏ ਜੀ। ਉਹਨਾਂ ਦੇ 65% ਸਨ, ਮੇਰੇ 72% ਸਨ। ਮੈਂ ਕਿਹਾ ਬਾਪੂ ਜੀ ਦਿਓ ਪੈਸੇ, ਕਾਲਜ 'ਚ ਦਾਖਲ ਹੋਣਾ। ਬਾਪੂ ਜੀ ਕਹਿੰਦੇ ਪੈਸੇ ਤਾਂ ਹਨ ਨਹੀਂ। ਮੈਂ ਕਿਹਾ ਪੈਸੇ ਦਿਓ। ਕਹਿੰਦੇ ਤੇਰੀ ਮਾਂ ਦਾ ਕੋਈ ਗਹਿਣਾ, ਕੋਈ ਟੂਮ ਜੇ ਤੈਨੂੰ ਦਿਖਾਈ ਦਿੰਦੀ ਹੈ ਘਰ 'ਚ ਲੈ ਜਾ, ਘਰ 'ਚ ਕੋਈ ਪਸ਼ੂ ਤੈਨੂੰ ਫਾਲਤੂ ਲੱਗਦਾ ਵੇਚ ਦੇ। ਇੱਕ ਮੈਂ ਹਾਂ ਤੇਰੇ ਸਾਹਮਣੇ ਬੈਠਾ, ਮੈਂ ਵੀ ਵਿਕਣ ਲਈ ਤਿਆਰ ਹਾਂ, ਮੈਨੂੰ ਸਰੀਰ ਰਲਾ ਦੇ ਕਿਸੇ ਨਾਲ, ਮੇਰਾ ਮੁੱਲ ਵੱਟ ਲੈ। ਮੈਂ ਚਾਹੁੰਦਾ ਕਿ ਤੂੰ ਪੜ੍ਹੇ, ਮੈਨੂੰ ਪਤਾ ਤੂੰ ਪੜ੍ਹ ਸਕਦਾ, ਪਰ ਫਿਰ ਮੇਰੇ ਕੋਲ ਪੈਸੇ ਨਹੀਂ, ਕੀ ਕਰਾਂ ਮੈਂ ਹੁਣ, ਕਰਜ਼ਾ ਇੰਨਾ ਹੋ ਗਿਆ ਕਿ ਬਾਣੀ ਉਧਾਰ ਨਹੀਂ ਦਿੰਦਾ। ਮੈਂ ਉਹਦੀ ਸਮਝ ਗਿਆ ਵੀ ਇੱਥੇ ਵਕਤ ਜ਼ਾਇਆ ਕਰਨ ਦਾ ਕੋਈ ਫਾਇਦਾ ਨਹੀਂ, ਇੱਥੋਂ ਭੱਜੋ, ਨਾਨਕੇ ਜਾ ਭੱਜਿਆ ਮੈਂ। ਨਾਨਕੇ ਮਾਮੇ ਤੋਂ ਪੈਸੇ ਮਿਲੇ, ਮਾਮੀ ਨੇ 2 ਪੀਪੇ ਤਿਆਰ ਕੀਤੇ ਕੁੰਡਾ ਜਿੰਦਾ ਲੱਗਣ ਵਾਲੇ, ਇੱਕ ਪੀਪੇ 'ਚ ਕੱਪੜੇ ਪਾਏ, 2 ਕੁੜਤੇ 2 ਪਜਾਮੇ ਤਾਂ ਕੱਪੜਾ, 2 ਪੱਗਾਂ, ਇੱਕ 'ਚ ਖਾਣ ਪੀਣ ਦਾ ਘਿਓ, ਥੋੜ੍ਹਾ ਜਿਹਾ ਥੋੜ੍ਹੀ ਜਿਹੀ ਸ਼ੱਕਰ, ਗੁੜ, ਆਟਾ, ਚੌਲ। ਮਾਮੀ ਕਹਿੰਦੀ ਇਹ ਕੱਪੜੇ ਤੈਨੂੰ ਦੇ ਦਿੱਤੇ, ਕੁੜਤਾ ਪਜਾਮਾ, ਸਿਵਾ ਤੂੰ ਪਟਿਆਲੇ ਲਈ। ਕਹਿੰਦੀ ਮਾਮੀ ਕਹਿੰਦੀ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਪਟਿਆਲੇ ਕੱਪੜਿਆਂ 'ਚ ਜਾਨ ਪਾ ਦਿੰਦੇ ਨੇ, ਅਸੀਂ ਤਾਂ ਭਾਈ ਸਾਰੀ ਉਮਰ ਬੇਜਾਨ ਕੱਪੜੇ ਪਾਉਂਦੇ ਰਹੇ, ਤੂੰ ਜਾਨਦਾਰ ਕੱਪੜੇ ਪਾਏ। ਮਾਮੀ ਫਿਰ ਕਹਿੰਦੀ ਨਾਲੇ ਤੈਨੂੰ ਆਹ ਪੈਸੇ ਵੀ ਤੇਰੀ ਫੀਸ ਭਰਨ ਵਾਸਤੇ ਦਿੱਤੇ ਅਸੀਂ, ਅਤੇ ਤੇਰੇ ਮਾਮੇ ਨਾਲ ਮੇਰੀ ਰਾਤ ਗੱਲ ਹੋਈ ਸੀ, ਤੈਨੂੰ ਕਿਸੇ ਦੀ ਹਵੇਲੀ 'ਚ ਛੱਡ ਕੇ ਆਊਗਾ ਇਹ, ਉੱਥੇ ਤੇਰੇ ਤੋਂ ਕਿਰਾਇਆ ਨਹੀਂ ਲੈਣਾ ਕਿਸੇ ਨੇ। ਕਮਾਲ ਹੈ ਤਾਂ, ਚਮਤਕਾਰ, ਮੈਨੂੰ ਛੱਤ ਮਿਲ ਜੂਗੀ। ਮੇਰੇ ਮਾਮਾ ਜੀ ਦੇ ਦੋਸਤ ਪ੍ਰੋਫੈਸਰ ਲਾਲੀ ਦੇ ਪਾਪਾ ਜੀ ਗੁਰੂ ਨਾਮ ਸਿੰਘ ਸਨ, ਉਹਨਾਂ ਨੂੰ ਫਤਿਹਗੜ੍ਹੀਆ ਸਰਦਾਰ ਕਹਿੰਦੇ ਹੁੰਦੇ ਸੀ, 6 ਪਿੰਡਾਂ ਦੇ ਮਾਲਕ ਸਨ ਕਿਸੇ ਜ਼ਮਾਨੇ 'ਚ। ਹਵੇਲੀ ਉਹਨਾਂ ਦੀ ਕਿਲ੍ਹਾ ਸੀ, ਉਹ ਟੈਲੀਫੋਨ ਤਾਂ ਹੁੰਦੇ ਨਹੀਂ ਸੀ, ਅਸੀਂ ਪਟਿਆਲੇ ਪਹੁੰਚੇ ਬਹਿੜਾ ਰੋਡ 'ਤੇ, ਇਤਫਾਕ ਸੀ ਵੀ ਫਤਿਹਗੜ੍ਹੀਆ ਸਰਦਾਰ ਆਇਆ ਬੈਠਾ ਸੀ। ਮਾਮਾ ਜੀ ਨੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮੇਰਾ ਭਾਣਜਾ ਬਾਈ ਗੁਰਨਾਮ ਸਿੰਘ, ਇਸਨੂੰ ਇਸ ਹਵੇਲੀ ਮੈਂ ਤਾਂ ਥੋੜ੍ਹਾ ਇੱਕ ਕਮਰਾ ਦੇ ਦੇ, ਮੰਜੀ ਡਾਹ ਲਏਗਾ, ਪੜ੍ਹ ਲਏਗਾ, ਨਾਨਕੇ ਮੇਰੇ ਹਰਿਆਣੇ 'ਚ ਨੇ। ਉਹ ਸਰਦਾਰ ਨੇ ਤਬੇਲੇ ਵੱਲ ਹੱਥ ਕਰ ਦਿੱਤਾ, ਮੈਨੂੰ ਕਹਿੰਦਾ ਉੱਥੇ ਡਾਹ ਲੈ ਮੰਜੀ। ਮਾਮਾ ਕਹਿੰਦਾ ਆ ਸਾਰੀ ਹਵੇਲੀ ਖਾਲੀ ਪਈ ਰਹਿੰਦੀ ਹੈ, ਇੱਥੇ ਨਾ ਲਾਲੀ ਆਏ ਨਾ ਤੁਸੀਂ ਰਹੋ, ਇਹਦੇ 'ਚੋਂ ਕਮਰਾ ਦੇ ਦੇਗਾ ਇੱਕ। ਸਰਦਾਰ ਕਹਿੰਦਾ ਤੈਨੂੰ ਰਾਮ ਸਿੰਘ ਪਤਾ ਤਾਂ ਹੈ ਲਾਲੀ ਦਾ ਵਿਆਹ ਹੋ ਗਿਆ, ਹੁਣ ਜਿਹੜੀ ਹਵੇਲੀ ਵੱਲ ਤੂੰ ਉਂਗਲ ਕਰ ਰਹੇ ਹੈ ਇਹਦੇ 'ਚ ਮੈਨੂੰ ਰਹਿਣ ਲਈ ਵੀ ਥਾਂ ਮਿਲੂਗੀ ਕਿ ਨਹੀਂ ਮੈਨੂੂੰ ਪਤਾ ਨਹੀਂ, ਆਪਾਂ ਆਪੋ ਆਪਣੀ ਹੈਸੀਅਤ ਜੇ ਪਛਾਣਦੇ ਰਹੀਏ ਤਾਂ ਸੁਖੀ ਰਹਾਂਗੇ। ਇਹ ਮੁੰਡਾ ਜੇ ਇਹਨੇ ਪੜ੍ਹਨਾ ਹੋਇਆ ਤਾਂ ਤਬੇਲੇ 'ਚ ਮੰਜੀ ਡਾ ਕੇ ਪੜ੍ਹ ਲੂਗਾ, ਤਾਂ ਵੀ ਮੈਂ ਖੁਸ਼, ਇੱਕ ਥਾਂ ਤਾਂ ਮਿਲੀ। ਮੈਂ 15 ਸਾਲ ਦੀ ਉਮਰ 'ਚ ਪਹਿਲੀ ਵਾਰੀ ਸ਼ਹਿਰ ਗਿਆ, ਮੇਰਾ ਇਕੱਲੇ ਦਾ ਦਿਲ ਨਾ ਲੱਗੇ। ਮੇਰਾ ਜਮਾਤੀ ਮਿਸਤਰੀਆਂ ਦਾ ਮੁੰਡਾ ਅਜੀਤ, ਉਹਦੇ ਕੋਲ ਵੀ ਪੈਸੇ ਨਹੀਂ ਸੀ,
ਉਹ ਆਰੇ ਨਾਲ ਆਪਣੇ ਬਾਪੂ 'ਤੇ ਕੰਮ ਕਰਾਉਣ ਲੱਗ ਗਿਆ। ਮੈਂ ਸਰਦਾਰ ਨੂੰ ਪੁੱਛਿਆ, ਮੈਂ ਕਿਹਾ ਜੀ ਮੇਰਾ ਇੱਥੇ ਇਕੱਲੇ ਦਾ ਦਿਲ ਨਹੀਂ ਲੱਗਦਾ, ਮੇਰਾ ਇੱਕ ਦੋਸਤ ਹੈ, ਜੇ ਮੈਂ ਉਹਨੂੰ ਲੈ ਆਵਾਂ ਉਹ ਅਸੀਂ ਗੱਲਾਂ ਕਰਦੇ ਰਹਾਂਗੇ ਆਪਸ 'ਚ, ਸਾਡਾ ਜੀ ਲੱਗਿਆ ਰਹੂਗਾ। ਉਹ ਸੋਚਣ ਲੱਗ ਗਿਆ, ਮੈਂ ਇਸ ਗੱਲੋਂ ਚੁਸਤ ਨਿਕਲਿਆ, ਮੈਂ ਸੋਚਿਆ ਵੀ ਜੇ ਨਾ ਕਰ ਦਿੱਤੀ ਨਾ ਇੱਕ ਵਾਰੀ ਫਿਰ ਹਾਂ ਨਹੀਂ ਕਰਵਾਈ ਜਾਣੀ ਮੇਰੇ ਤੋਂ। ਉਹ ਸੋਚਣ ਲੱਗ ਗਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਦੇਖੋ ਤਾਂ ਜੀ ਤੁਹਾਡੀ ਮਤਲਬ ਕਿਸਮਤ ਤੁਹਾਡੀ ਕਿੰਨੀ ਚੰਗੀ ਹੈ, ਅੱਗੇ ਤੁਹਾਨੂੰ ਮੁਫ਼ਤ 'ਚ ਇੱਕ ਚੌਂਕੀਦਾਰ ਮਿਲਿਆ ਸੀ, ਹੁਣ ਮੁਫ਼ਤ 'ਚ ਦੋ ਚੌਂਕੀਦਾਰ ਮਿਲ ਜਾਣਗੇ ਤੁਹਾਨੂੰ, ਤੁਸੀਂ ਕਿਹੜਾ ਤਨਖਾਹ ਦੇਣੀ ਹੈ ਸਾਨੂੰ। ਉਹ ਹੱਸ ਪਿਆ, ਕਹਿੰਦਾ ਜੇ ਤੇਰੇ ਵਰਗਾ ਫਿਰ ਚੰਗਾ ਫਿਰ ਤਾਂ ਲਿਆ। ਮੈਂ ਪਿੰਡ ਗਿਆ ਜੀ, ਆਰੇ 'ਚ ਇੱਕ ਪਾਸੇ ਪਿਓ ਦੂਸਰੇ ਪਾਸੇ ਪੁੱਤ, ਦੰਦਿਆਂ ਵਾਲੇ ਪਾਸੇ ਪਿਤਾ ਅਤੇ ਦੂਸਰੇ ਪਾਸੇ ਪੁੱਤ ਦਸਵੀਂ ਪਾਸ। ਪਿਤਾ ਦੰਦਿਆਂ ਵਾਲੇ ਪਾਸੇ ਰਹੂਗਾ ਨਾ। ਮੈਂ ਉਹਨੂੰ ਇਸ਼ਾਰਾ ਕੀਤਾ, ਮੈਨੂੰ ਕਹਿੰਦਾ, ਉਹਨੇ ਇਸ਼ਾਰਾ ਕੀਤਾ ਵੀ ਛੇੜਨਾ ਸਾਨੂੰ, ਉਹਦੇ ਉੱਥੇ ਬਹਿ ਜਾ ਖੁੰਡ 'ਤੇ। ਮੈਂ ਬੈਠ ਗਿਆ, ਜਦੋਂ ਉਹਨਾਂ ਦਾ ਕੰਮ ਕੁੰਮ ਮੁੱਕਿਆ ਉਹ ਖੱਡੇ 'ਚੋਂ ਬਾਹਰ ਨਿਕਲੇ, ਮੈਂ ਇੱਕ ਪਾਸੇ ਲਿਜਾ ਕੇ ਕਿਹਾ ਕਿ ਸਿਰਫ ਫੀਸ ਦਾ ਇੰਤਜ਼ਾਮ ਕਰ ਲਿਆ, ਛੱਤ ਮੈਨੂੰ ਮਿਲ ਗਈ। ਕਹਿੰਦਾ ਇੱਥੇ ਗੱਲ ਨਾ ਕਰੀ, ਤੈਨੂੰ ਭਾਊ ਗਾਲਾਂ ਦੇਣ ਲੱਗ ਜੂਗਾ। ਤੂੰ ਆ ਪਿਆ ਮੇਰਾ ਸਾਈਕਲ, ਮੇਰੇ ਸਾਈਕਲ 'ਤੇ ਮੇਰੇ ਪਿੰਡ ਅਤਾਲਾਂ ਦਾ ਸੀ ਉਹ, ਮੇਰੇ ਸਾਈਕਲ 'ਤੇ ਮੇਰੇ ਪਿੰਡ ਜਾ, ਮਾਂ ਨਾਲ ਗੱਲ ਕਰ, ਮਾਂ ਵਿਗੜੀ ਹੀ ਖੇਡ ਸੰਵਾਰਦੀ ਹੁੰਦੀ ਹੈ। ਮੈਂ ਗਿਆ ਜੀ, ਗੱਲ ਦੱਸੀ, ਉਦਾਸ ਹੋ ਗਈ, ਕਹਿੰਦੀ ਮੈਂ ਲੱਗਦਾ ਹੈ ਮਨਾ ਤਾਂ ਲਊਂਗੀ ਪਰ ਮੈਨੂੰ ਮਿਹਨਤ ਬਹੁਤ ਕਰਨੀ ਪਊਗੀ। ਉਹ ਤਾਂ ਬਹੁਤ ਖੁਸ਼ ਹੈ, ਭਾਊ ਤਾਂ ਬਹੁਤ ਖੁਸ਼ ਹੈ ਤੁਹਾਡਾ। ਕਹਿੰਦਾ ਹੁਣ ਮੇਰਾ ਹੱਥ ਵਟਾਉਣ ਲਈ ਜਵਾਨ ਮੁੰਡਾ ਮਿਲ ਗਿਆ ਮੈਨੂੰ। ਲਓ ਜੀ ਮਨਾ ਲਿਆ, ਮੈਂ ਅਤੇ ਅਜੀਤ ਚਲੇ ਗਏ। ਪੜ੍ਹਨ ਪੜ੍ਹਨ ਨੂੰ ਠੀਕ ਨਿਕਲੇ ਅਸੀਂ, ਮੈਂ ਮਤਲਬ ਢੀਠ ਇੰਨਾ ਹੋ ਗਿਆ ਸੀ ਕਿ ਜਦੋਂ ਨਵੀਂ ਕਲਾਸ 'ਚ ਅੱਗੇ ਚੜ੍ਹਦਾ ਨਾ, ਨਵੇਂ ਜਮਾਤੀ ਨਵੀਆਂ ਜਮਾਤਾਂ ਆ ਜਾਂਦੀਆਂ, ਤਾਂ ਮੈਂ ਸਾਹਮਣੇ ਜਾ ਕੇ ਐਲਾਨ ਕਰਦਾ ਹੁੰਦਾ ਸੀ, ਫਸਟ ਪੁਜ਼ੀਸ਼ਨ ਤਾਂ ਮੇਰੀ ਹੋ ਗਈ ਹੈ ਤਾਂ ਡਿਕਲੇਅਰਡ ਹੈ, ਸੈਕਿੰਡ ਪੁਜ਼ੀਸ਼ਨ ਅਤੇ ਥਰਡ ਪੁਜ਼ੀਸ਼ਨ ਦਾ ਫੈਸਲਾ ਕਰ ਲਓ ਤੁਸੀਂ ਵੀ, ਔਰ ਨਾਲੇ ਕਲਾਸ 'ਚੋਂ ਨਹੀਂ ਯੂਨੀਵਰਸਿਟੀ 'ਚੋਂ। ਐਂ ਹੁੰਦਾ, ਇੱਕ ਤੁਹਾਨੂੰ ਦਾਖਲੇ ਦੀ ਘਟਨਾ ਸੁਣਾਉਣਾ। ਮੈਂ ਜਿਹੜੇ ਜਵਾਨ ਇਹ ਕਹਿੰਦੇ ਨਾ ਵੀ ਚਮਤਕਾਰ ਹੁੰਦੇ ਨਹੀਂ, ਮੈਂ ਕਹਿੰਦਾ ਹੁੰਦਾ ਵੀ ਮੇਰੇ ਨਾਲ ਗੱਲਾਂ ਕਰ ਲਓ, ਤੁਹਾਨੂੰ ਚਮਤਕਾਰ ਦਿਖਾ ਦੂੰਗਾ। ਮੈਂ ਹੁੰਦੇ ਨੇ, ਮੈਂ ਤਾਂ ਮੈਨੂੰ ਤਾਂ ਲੱਗਦਾ ਚਮਤਕਾਰਾਂ ਤੋਂ ਬਿਨਾਂ ਹੀ ਨਹੀਂ ਕੁਛ, ਬਿਨਾਂ ਕੁਛ ਹੁੰਦਾ ਹੀ ਨਹੀਂ। ਮੈਂ ਮਾਸਟਰਾਂ ਨੂੰ ਪੁੱਛਿਆ ਕਿੱਥੇ ਦਾਖਲ ਹੋਵਾਂ, ਕਹਿੰਦੇ ਇੱਕ ਤਾਂ ਮਹਿੰਦਰਾ ਕਾਲਜ ਹੈ, ਸਭ ਤੋਂ ਵਧੀਆ ਕਾਲਜ ਤਾਂ ਉਹ ਹੈ, ਜੇ ਉੱਥੇ ਤੈਨੂੰ ਜਿਵੇਂ ਤੂੰ ਕਹਿਣਾ ਵੀ ਫੀਸ ਫੂਸ ਤੇਰੀ ਮਾਫ਼ ਹੋਣੀ ਚਾਹੀਦੀ ਹੈ, ਫਿਰ ਉੱਥੇ ਇੱਕ ਖਾਲਸਾ ਕਾਲਜ, ਜੇ ਇਹਨਾਂ ਨੇ ਤੇਰੀ ਫੀਸ ਫੂਸ ਮਾਫ਼ ਨਾ ਕੀਤੀ। ਮੈਂ ਕਿਹਾ ਠੀਕ। ਮੈਂ ਜੀ ਚੁੰਗੀ 'ਤੇ ਉੱਤਰਿਆ ਰਜਿੰਦਰ ਹਸਪਤਾਲ ਵਾਲੀ 'ਤੇ, ਰਸਤਾ ਪੁੱਛਿਆ ਮਹਿੰਦਰਾ ਕਾਲਜ ਦਾ, ਚਲੋ ਮੇਰੇ ਮੋਢੇ 'ਚ ਬਸਤਾ ਹੁੰਦਾ ਸੀ ਉਹ ਜਿਹੜਾ ਅੱਡੇ 'ਤੇ ਬੁਣਿਆ ਜਾਂਦਾ ਹੁੰਦਾ ਸੀ ਦਰੀ ਵਰਗਾ, ਤੋ ਉਹਦੇ 'ਚ ਤਿੰਨ ਸਰਟੀਫਿਕੇਟ, ਪੰਜਵੀਂ ਦਾ, ਅੱਠਵੀਂ ਦਾ, ਦਸਵੀਂ ਦਾ ਅਤੇ ਕਰੈਕਟਰ ਸਰਟੀਫਿਕੇਟ। ਮੈਂ ਮਹਿੰਦਰਾ ਕਾਲਜ ਦੇ ਗੇਟ 'ਤੇ ਜਾ ਕੇ ਪੁੱਛਿਆ ਪ੍ਰਿੰਸੀਪਲ ਸਾਹਿਬ ਦਾ ਕਿੱਧਰ ਹੈ ਕਮਰਾ, ਦੱਸ ਦਿੱਤਾ। ਬਾਹਰ ਪੀਣ ਬੈਠਾ, ਮੈਂ ਕਿਹਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਣਾ। ਮੈਨੂੰ ਕਹਿੰਦਾ ਕੀ ਕੰਮ ਹੈ? ਮੈਂ ਕਿਹਾ ਕੰਮ ਪ੍ਰਿੰਸੀਪਲ ਸਾਹਿਬ ਨੂੰ ਦੱਸਣਾ, ਤੇਰੇ ਤੱਕ ਤਾਂ ਕੋਈ ਕੰਮ ਨਹੀਂ। ਉਹਨੇ ਚੀਕ ਚੁੱਕੀ, ਅੰਦਰ ਦੇਖਿਆ, ਕਹਿੰਦਾ ਇਕੱਲੇ ਬੈਠੇ ਨੇ ਜਾ। ਮੈਂ ਗਿਆ, ਸਤਿ ਸ਼੍ਰੀ ਅਕਾਲ ਬੁਲਾਈ, ਚਾਰੇ ਸਰਟੀਫਿਕੇਟ, ਪੰਜਵੀਂ, ਅੱਠਵੀਂ, ਦਸਵੀਂ ਅਤੇ ਕਰੈਕਟਰ ਸਰਟੀਫਿਕੇਟ ਮੇਜ਼ 'ਤੇ ਰੱਖ ਦਿੱਤੇ। ਮੈਂ ਕਿਹਾ ਜੀ ਦਾਖਲ ਹੋਣ ਵਾਸਤੇ ਆਇਆ। ਉਹ ਕਹਿੰਦਾ ਨੰਬਰ ਤੇਰੇ ਬਹੁਤ ਨੇ, ਤੂੰ ਜਾਗਾ ਮੇਰੇ ਕੋਲ ਕੀ ਕਰਨਾ ਹੈ? ਉਹ ਦਾਖਲਾ ਕਮੇਟੀ ਉੱਥੇ ਬੈਠੀ ਹੈ। ਮੈਂ ਕਿਹਾ ਜੀ ਦਾਖਲਾ ਕਮੇਟੀ ਕੋਲ ਜੇ ਮੈਂ ਚਲਾ ਗਿਆ ਉਹ ਤਾਂ ਮੈਨੂੰ ਦਾਖਲ ਕਰ ਲੈਣਗੇ। ਕਹਿੰਦਾ ਫਿਰ ਹੋਰ ਕੀ ਚਾਹੁੰਦਾ ਤੂੰ? ਮੈਂ ਕਿਹਾ ਮੇਰੇ ਕੋਲ ਫੀਸ ਨਹੀਂ ਹੈ, ਫੀਸ ਮਾਫ਼ ਚਾਹ, ਮੈਨੂੰ ਫੀਸ ਮਾਫ਼ ਹੋਣੀ ਚਾਹੀਦੀ ਹੈ। ਉਹਨੇ ਬੈੱਲ ਮਾਰੀ, ਪੀਣ ਆ ਗਿਆ, ਕਹਿੰਦਾ ਪ੍ਰੋਫੈਸਰ ਨਵਰਤਨ ਕਪੂਰ ਨੂੰ ਬੁਲਾ ਕੇ ਲਿਆ, ਜਿਹੜੇ ਬੱਚਿਆਂ ਦੀ ਭਲਾਈ ਕਮੇਟੀ ਬਣੀ ਹੋਈ ਸੀ ਨਾ ਉਹਦੇ ਮੁਖੀ ਸਨ, ਉਹ ਆ ਗਏ। ਕਹਿੰਦੇ ਕਪੂਰ ਸਾਹਿਬ ਮੈਂ ਮੁੰਡੇ ਤੋਂ ਪੁੱਛਿਆ, ਜੱਟਾਂ ਦਾ ਮੁੰਡਾ ਇਹ, ਪਿੰਡ 'ਚ ਅਨਪੜ੍ਹੇ ਦੇ ਮਾਪੇ ਨੇ, ਆਹ ਦੇਖੋ ਇਹ ਨੰਬਰ ਬਹੁਤ ਲੈਂਦਾ, ਆਪਾਂ ਇਹਦਾ ਕੁਛ ਕਰ ਸਕਦੇ ਹਾਂ? ਉਹਨੇ ਸਰਟੀਫਿਕੇਟ ਦੇਖੇ ਉਹਨਾਂ ਨੇ ਮੇਰੇ, ਮੈਨੂੰ ਕਹਿੰਦੇ ਫੀਸ ਤੇਰੀ ਸਾਰੀ ਮਾਫ਼, ਕਿਤਾਬਾਂ ਤੈਨੂੰ ਸਾਰੀਆਂ ਅਸੀਂ ਖਰੀਦ ਕੇ ਦੇਵਾਂਗੇ, ਦੋ ਕਮੀਜ਼ਾਂ, ਦੋ ਪੈਂਟਾਂ, ਦੋ ਪੱਗਾਂ ਅਤੇ ਬੂਟਾਂ ਦੀ ਜੋੜੀ ਇੱਕ ਸਾਲ 'ਚ ਤੈਨੂੰ ਦਿਆ ਕਰਾਂਗੇ। ਮੈਨੂੰ ਕਹਿੰਦੇ ਤੂੰ ਆਂਡੇ ਖਾ ਲੈਣੇ? ਮੈਂ ਕਿਹਾ ਔਖਾ ਸੌਖਾ ਖਾ ਲੈਣਾ ਜੀ। ਪ੍ਰਿੰਸੀਪਲ ਸਾਹਿਬ ਨੂੰ ਕਹਿੰਦੇ, ਪ੍ਰਿੰਸੀਪਲ ਸਾਹਿਬ ਆਹ ਮੁਸ਼ਟੰਡੇ ਜਿਹੜੇ ਹਾਕੀਆਂ ਚੁੱਕੀ ਫਿਰਦੇ ਨੇ ਨਾ, ਇੱਕ ਦੂਜੇ ਦੇ ਗਿੱਟੇ ਭੰਨਣ ਵਾਸਤੇ ਹਾਕੀਆਂ ਚੁੱਕੀ ਨੇ, ਹਾਰ ਕੇ ਆਉਂਦੇ ਨੇ ਇਹ, ਇਹਨਾਂ ਨੂੰ ਤਾਂ ਡਾਈਟਾਂ ਲਾਉਂਦੇ ਹੋ ਤੁਸੀਂ? ਡਾਈਟਾਂ ਤਾਂ ਸਾਡੇ ਇਹੋ ਜਿਹੇ ਜਵਾਨ ਬੱਚਿਆਂ ਨੂੰ ਚਾਹੀਦੀਆਂ ਨੇ ਜਿਹੜੇ ਮਿਹਨਤ ਕਰਨ, ਇਹਨੂੰ ਡਾਈਟ ਲਾ ਦਿਓ ਤੁਸੀਂ। ਇਹ ਹੈ ਚਮਤਕਾਰ, ਇਹ ਮੈਂ ਮੰਗਿਆ ਨਹੀਂ ਸੀ।
ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਖੁਸ਼ ਹੈ। ਮੈਂ ਕਿਹਾ ਜੀ ਬੇਅੰਤ ਸ਼ੁਕਰਗੁਜ਼ਾਰ ਹਾਂ ਤੁਹਾਡਾ। ਕਹਿੰਦੇ ਜੇ ਅਸੀਂ ਤੈਨੂੰ ਇਹ ਫਾਇਦੇ ਜਿਹੜੇ ਦਿੱਤੇ ਜੇ ਨਾ ਦਿੰਦੇ ਫਿਰ ਤੂੰ ਕੀ ਕਰਦਾ। ਮੈਂ ਕਿਹਾ ਜੀ ਮੈਨੂੰ ਮਾਸਟਰ ਜੀ ਨੇ ਦੱਸਿਆ ਸੀ ਵੀ ਫਿਰ ਉੱਥੇ ਇੱਕ ਖਾਲਸਾ ਕਾਲਜ ਹੈਗਾ, ਜਿਹੜਾ ਪਹਾੜਾ ਤੁਹਾਡੇ ਕੋਲ ਪੜ੍ਹਿਆ ਉੱਥੇ ਮੈਂ ਪ੍ਰਿੰਸੀਪਲ ਖਾਲਸਾ ਕਾਲਜ ਕੋਲ ਪੜ੍ਹ ਦਿੰਦਾ। ਜੇ ਉਹ ਫਿਰ ਵੀ ਨਾ ਮੰਨਦੇ ਫਿਰ ਮੈਂ ਸੋਟੀ ਚੁੱਕ ਲੈਂਦਾ ਤਾਂ ਪਸ਼ੂ ਚਾਰਨ ਲੱਗ ਜਾਂਦਾ, ਮੇਰੀ ਕਿਸਮਤ 'ਚ ਨਹੀਂ ਵਿੱਦਿਆ ਫਿਰ ਮੈਂ ਕੀ ਕਰਾਂਗਾ। ਪ੍ਰਿੰਸੀਪਲ ਸਾਹਿਬ ਕਹਿੰਦੇ ਤੇਰੀ ਇੱਛਾ ਤੋਂ ਵੱਧ ਮਿਲ ਗਿਆ ਨਾ, ਹੁਣ ਹੁਣ ਮਿਹਨਤ ਕਰਨੀ ਪੈਣੀ ਹੈ। ਜੇ ਤੂੰ ਸ਼ਰਾਰਤਾਂ ਕੀਤੀਆਂ, ਜੇ ਨੰਬਰ ਘੱਟ ਲਏ ਫਿਰ ਤੈਨੂੰ ਇਸ ਗੱਲ ਦਾ ਮੈਂ ਹੁਣੀ ਦੱਸ ਦੇਣਾ ਕਿ ਅਸੀਂ ਘਰ ਚਿੱਠੀ ਵੀ ਲਿਖ ਦਿੰਦੇ ਹੁੰਦੇ ਹਾਂ। ਮੈਂ ਕਿਹਾ ਚਿੱਠੀਆਂ ਤਾਂ 10 ਲਿਖ ਦਿਓ ਚਾਹੇ ਪੜ੍ਹ ਕੇ, ਤਾਂ ਮੈਂ ਹੀ ਸੁਣਾਉਣੀਆਂ ਨੇ। ਮਾਂ ਕਿਸੇ ਤੋਂ ਚਿੱਠੀ ਨਹੀਂ ਫਿਰ ਪੜਵਾਉਂਦੀ ਹੁੰਦੀ ਸੀ ਵੀ ਮੁੰਡਾ ਉਹ ਭਾਈ ਘਰ ਦੇ ਭੇਤ ਖਬਰ ਕਰਜ਼ੇ ਦੀ ਹੋਵੇ, ਇਹ ਸਰਕਾਰ ਨੇ ਕਹਿ ਤਾ ਹੋਵੇ ਵੀ ਅਸੀਂ ਫੜ ਲਾਂਗੇ ਗ੍ਰਿਫਤਾਰ ਕਰ ਲਾਂਗੇ ਜੇ ਕਰਜ਼ਾ ਨਾ ਮੋੜਿਆ, ਇਹੋ ਜਿਹੀ ਗਵਾਂਢੀਆਂ ਕੋਲ ਥੋੜ੍ਹਾ ਗੱਲ ਕਰੀਦੀ ਹੁੰਦੀ ਹੈ ਫਿਰ ਨਹੀਂ ਚਿੱਠੀ। ਜਦੋਂ ਫਿਰ ਮੈਂ ਪੜ੍ਹਨ ਚਿੱਠੀ ਪੜ੍ਹਨ ਲਿਖਣੀ ਸਿੱਖ ਗਿਆ ਨਾ, ਫਿਰ ਮਾਂ ਬਸ ਮੈਂ ਉਹ ਆਲੇ 'ਚ ਇਕੱਠੀਆਂ ਕਰੀ ਜਾਂਦੀ ਸੀ। ਫਸਟ ਆਉਣ ਕਰਕੇ ਕਿਤਾਬਾਂ ਵਜੋਂ ਸਾਨੂੰ ਗਿਫਟਾਂ ਮਿਲਦੀਆਂ, ਕਿਤਾਬਾਂ ਦੇ ਨਾਮ ਮਿਲਦੇ। ਨਰਿੰਦਰ ਕਾਲੀਆ ਅੰਗਰੇਜ਼ੀ ਦੇ ਪ੍ਰੋਫੈਸਰ ਸਨ ਬਈ ਦੋਸਤੋ, ਮੇਰਾ ਜੀ ਕਰਦਾ ਹੁੰਦਾ ਸੀ ਇਹੋ ਜਿਹਾ ਪ੍ਰੋਫੈਸਰ ਬਣਾ, ਮੈਂ ਕਦੀ ਜੀ ਇਹੋ ਜਿਹੇ ਪ੍ਰੋਫੈਸਰ ਨਰਿੰਦਰ ਕਾਲੀਆ, ਉਰਦੂ ਦੇ ਸ਼ਾਇਰ, ਅੰਗਰੇਜ਼ੀ ਦੇ ਬਹੁਤ ਉੱਚੀ ਲਿਆਕਤ ਦੇ ਮਾਲਕ, ਜਾਂ ਉਰਦੂ ਬੋਲਦੇ ਜਾਂ ਅੰਗਰੇਜ਼ੀ। ਮੈਂ ਉਹਨਾਂ ਦੇ ਮੂੰਹੋਂ ਨਾ ਕਦੀ ਪੰਜਾਬੀ ਸੁਣੀ ਨਾ ਕਦੀ ਹਿੰਦੀ ਸੁਣੀ। ਇੱਕ ਦਿਨ ਨੋਟਸ ਬੋਰਡ 'ਤੇ ਲੱਗਿਆ ਹੈ ਪ੍ਰੋਫੈਸਰ ਨਰਿੰਦਰ ਕਾਲੀਆ 3 ਦਿਨ ਛੁੱਟੀ 'ਤੇ, 3 ਦਿਨ ਛੁੱਟੀ ਬਿਤਾ ਕੇ ਜਦੋਂ ਆਏ ਮੈਂ ਉਹਨਾਂ ਦੇ ਪਿੱਛੇ ਪਿੱਛੇ ਕਲਾਸ 'ਚ ਜਾਣ ਲੱਗਿਆ। ਮੈਂ ਕਿਹਾ ਜੀ ਸਰ ਕੋਈ ਕੋਈ ਟੀਚਰ ਹੁੰਦਾ ਇਹੋ ਜਿਹਾ, ਜੇ ਉਹ ਨਾ ਆਏ ਤਾਂ ਸਟੂਡੈਂਟ ਮਿਸ ਕਰਦੇ ਨੇ। ਹੱਸ ਪਏ ਮੈਨੂੰ ਕਹਿੰਦੇ ਅਰੇ ਕੋਈ ਕੋਈ ਸਟੂਡੈਂਟ ਵੀ ਤਾਂ ਹੋਤਾ ਹੈ ਸਾਹਿਬ, ਉਹ ਨਾ ਆਏ ਤਾਂ ਟੀਚਰ ਉਸਕੋ ਮਿਸ ਕਰਤਾ ਹੈ। ਮੈਂ ਇੱਕ ਦਿਨ ਅਜੀਤ ਸੈਕਿੰਡ ਆਉਂਦਾ ਹੁੰਦਾ, ਮੈਂ ਫਸਟ ਆਉਂਦਾ ਹੁੰਦਾ। ਇਹ ਜਿਹੜੇ ਅਜੀਤ ਦੀ ਗੱਲ ਕਰ ਰਹੇ ਹਾਂ ਨਾ, BA ਕਰਕੇ ਏਅਰਫੋਰਸ 'ਚ ਪਾਇਲਟ ਅਫਸਰ ਬਣਿਆ, ਬੈਸਟ ਫਾਈਟਰ ਪਾਇਲਟ ਦਾ ਰਾਸ਼ਟਰਪਤੀ ਅਵਾਰਡ ਮਿਲਿਆ ਉਹਨੂੰ। ਅਸੀਂ ਬੇਨਤੀ ਕੀਤੀ ਪ੍ਰੋਫੈਸਰ ਨਰਿੰਦਰ ਕਾਲੀਆ ਕੋਲ ਵੀ ਸਾਨੂੰ ਇਨਾਮ 'ਚ ਕਿਤਾਬਾਂ ਮਿਲਦੀਆਂ ਨੇ, ਠੀਕ ਹੈ, ਇਹ ਕਿਤਾਬਾਂ ਉਹ ਹੁੰਦੀਆਂ ਨੇ ਜਿਹੜੀਆਂ ਅਸੀਂ ਪੜ੍ਹ ਰੱਖੀਆਂ ਨੇ, ਜਾਂ ਫਿਰ ਉਹ ਹੁੰਦੀਆਂ ਨੇ ਜਿਹੜੀਆਂ ਬੇਕਾਰ ਨੇ। ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਹਾਂ ਵੀ ਸਾਨੂੰ ਤੁਸੀਂ ਪੈਸੇ ਵਧਾ ਦਿਓ, ਤੁਸੀਂ 50 ਰੁਪਏ ਦੇ ਦੇਣੀਆਂ ਨੇ ਨਾ ਜਾਂ 40 ਰੁਪਏ ਦੀਆਂ, ਸਾਨੂੰ ਤੁਸੀਂ ਪੈਸੇ ਦਿਓ, ਕਿਤਾਬਾਂ ਅਸੀਂ ਖੁਦ ਖਰੀਦਾਂਗੇ, ਉਹ ਕਿਤਾਬਾਂ ਤੁਹਾਨੂੰ ਦਿਖਾਵਾਂਗੇ ਅਤੇ ਉਹਦਾ ਬਿੱਲ ਤੁਹਾਨੂੰ ਦੇ ਦਾਂਗੇ, ਇਹਦੇ 'ਚ ਤਾਂ ਕੋਈ ਇਤਰਾਜ਼ ਨਹੀਂ। ਉਹ ਕਹਿੰਦੇ ਇਸਮੇ ਕੋਈ ਇਸ ਬਾਤ ਮੇਂ ਤਾਂ ਕੋਈ ਇਤਰਾਜ਼ ਨਹੀਂ। ਫਿਰ ਅਸੀਂ ਆਪ ਕਿਤਾਬਾਂ, ਉਹਨਾਂ ਦਿਨਾਂ 'ਚ ਸਾਨੂੰ ਜਿਹੜਾ ਲੇਖਕ ਬਹੁਤ ਵਧੀਆ ਲੱਗਿਆ ਉਹ ਸੀ ਇਟਾਲੀਅਨ ਅਲਬਰਟੋ ਮੋਰਾਵੀਆ। ਕਿਆ ਬਾਤ ਹੈ, ਉਹਦੀਆਂ 2 ਕਹਾਣੀਆਂ ਦੀਆਂ ਕਿਤਾਬਾਂ ਛਪੀਆਂ ਸੀ, 4 ਨਾਵਲ, ਦਾ ਰੋਮਨ ਟੇਲਜ਼ ਇੱਕ ਕਿਤਾਬ ਦਾ ਨਾਂ ਹੈ। ਇੰਨਾ ਦੇਸੀ ਕਿਸਮ ਦਾ ਬੰਦਾ, ਇੰਨਾ ਮਿੱਠਾ, ਇੰਨਾ ਡੂੰਘਾ, ਆਰਾਮ ਨਾਲ ਡੂੰਘੀਆਂ ਗੱਲਾਂ ਕਰੀ ਜਾਂਦਾ। ਪੜ੍ਹ ਲਈਆਂ ਜੀ 6 ਕਿਤਾਬਾਂ ਉਹਦੀਆਂ। ਇੱਕ ਪ੍ਰੋਫੈਸਰ ਕਾਲੀਆ ਜਾ ਰਹੇ, ਮੈਂ ਕਿਹਾ ਜੀ ਅਲਬਰਟੋ ਮੋਰਾਵੀਆ ਨੂੰ ਨੋਬਲ ਪ੍ਰਾਈਜ਼ ਮਿਲ ਗਿਆ। ਹੱਸ ਪਏ, ਨੋਬਲ ਪ੍ਰਾਈਜ਼ ਖੇਲ ਹੋਤਾ ਹੈ ਕਿਆ? ਅਰੇ ਬਹੁਤ ਛੋਟਾ ਹੈ ਵੀ ਇਹ, ਬਹੁਤ ਕੰਮ ਕਰਨਾ ਪੜਤਾ ਹੈ, ਬਹੁਤ ਕੁਛ ਕਰਨਾ ਪੜਤਾ ਹੈ, ਇਹ ਛੋਟੀ ਮੋਟੀ ਬਾਤ ਥੋੜ੍ਹਾ ਹੋਤੀ ਹੈ ਨੋਬਲ ਪ੍ਰਾਈਜ਼। ਤਕਰੀਬਨ 10 ਸਾਲ ਪਹਿਲਾਂ ਅੰਗਰੇਜ਼ੀ ਟ੍ਰਿਬਿਊਨ ਆਇਆ, ਉਹਦੇ ਉੱਤੇ ਫੋਟੋ ਛਪੀ ਹੋਈ, ਮੋਟੀ ਖਬਰ, ਅਲਬਰਟੋ ਮੋਰਾਵੀਆ ਵਿਨਸ ਨੋਬਲ ਪ੍ਰਾਈਜ਼ ਫਾਰ ਲਿਟਰੇਚਰ। ਮੇਰੇ ਦਿਮਾਗ 'ਚ ਪੁਰਾਣੀ ਘਟਨਾ ਘੁੰਮ ਗਈ, ਕੁਛ ਯਾਦ ਆ ਗਿਆ। ਮੈਂ ਸੋਚਾਂ 'ਚ ਬੈਠਾ, ਅੱਧੇ ਘੰਟੇ ਬਾਅਦ ਆਸਾਮ 'ਚੋਂ ਇਹ ਏਅਰਫੋਰਸ ਵਾਲੇ ਦਾ ਫੋਨ ਆ ਗਿਆ ਦੋਸਤ ਦਾ, ਉਹ ਕਹਿੰਦਾ ਅਖਬਾਰ ਦੇਖ ਲਿਆ ਤੂੰ? ਮੈਂ ਕਿਹਾ ਦੇਖ ਲਿਆ। ਕਹਿੰਦਾ ਕਿਹਨੇ ਦਵਾਇਆ ਇਨਾਮ ਇਹਨੂੰ? ਮੈਂ ਕਿਹਾ ਆਪਾਂ ਦੋਵਾਂ ਨੇ। ਜਿਹਨੂੰ ਸਾਡੇ ਵਰਗਾ ਪਾਠਕ ਮਿਲ ਜੇ ਉਹਦਾ ਨੋਬਲ ਪ੍ਰਾਈਜ਼ ਦੁਨੀਆ ਰੋਕ ਸਕਦੀ ਹੈ ਫਿਰ। ਤੋ ਭਾਈ ਮਿਹਨਤ ਕਰਨ 'ਚ ਠੀਕ, ਅਕਲ ਉਕਲ 'ਚ ਕੁਛ ਖਾਸ ਨਹੀਂ। ਮੈਂ 10ਵੀਂ ਜਮਾਤ ਕੀਤੀ ਸੀ ਜਾਂ ਪੜ੍ਹ ਰਿਹਾ ਸੀ, ਖੇਤ 'ਚ ਰੋਟੀ ਲੈ ਕੇ ਗਿਆ, ਅਸੀਂ ਮਿਰਚਾਂ ਬੀਜਿਆ ਕਰਦੇ ਸੀ, ਮਿਰਚਾਂ ਚੂੰਡਣ, ਕਪਾਹ ਚੋਣ, ਬਾਜ਼ੀਗਰਨੀਆਂ, ਗਰੀਬ ਔਰਤਾਂ, ਕੁੜੀਆਂ ਆਉਂਦੀਆਂ ਹੁੰਦੀਆਂ। ਮੇਰੀ ਉਮਰ ਦੀ 15-16 ਸਾਲ ਦੀ ਇੱਕ ਕੁੜੀ ਮਿਰਚਾਂ ਤੋੜਦੀ ਤੋੜਦੀ ਆਈ ਰੋਟੀ ਖਾਣ, ਮੈਨੂੰ ਕਹਿੰਦੀ ਸ਼ਰਤ ਲਾਉਣੀ ਹੈ ਮੇਰੇ ਨਾਲ। ਮੈਂ ਕਿਹਾ ਕੀ? ਕਹਿੰਦੀ 20 ਮਿਰਚਾਂ ਖਾ ਜੂੰਗੀ, 20 ਰੁਪਈਆਂ ਦੀ ਸ਼ਰਤ ਲਾ ਲੈ। ਮੈਂ ਕਿਹਾ ਲਾਲ ਮਿਰਚਾਂ? ਉਹ ਕਹਿੰਦੀ ਹਰੀਆਂ ਮਿਰਚਾਂ ਨਾਲੋਂ ਤਾਂ ਬੰਦਾ ਮੂਲੀ ਖਾ ਲਏ, ਹਰੀ ਮਿਰਚ ਵੀ ਕੋਈ ਖਾਣ ਵਾਲੀ ਚੀਜ਼ ਹੁੰਦੀ ਹੈ, ਲਾਲ ਮਿਰਚਾਂ ਕਹਿ ਤੈਨੂੰ। ਮੈਂ ਕਿਹਾ ਚੱਬ ਕੇ ਖਾਏਂਗੀ?
ਉਹ ਕਹਿੰਦੀ ਇਕੱਲੀ ਇਕੱਲੀ ਮਿਰਚ ਚੱਬ ਕੇ ਜੀਭ 'ਤੇ ਟਿਕਾ ਕੇ ਜੀਭ ਬਾਹਰ ਕੱਢ ਕੇ ਫਿਰ ਅੰਦਰ ਲੰਘਾਉਂਗੀ। ਹੁਣ ਮੇਰੇ ਕੋਲ 20 ਰੁਪਈਏ ਹੈਗੇ ਨਹੀਂ ਸੀ। ਬਾਪੂ ਜੀ ਰੋਟੀ ਖਾਣ ਆਏ, ਮੈਂ ਕਿਹਾ ਬਾਪੂ ਜੀ ਆ ਕੁੜੀ ਸ਼ਰਤ ਲਾਉਂਦੀ ਹੈ ਮੇਰੇ ਨਾਲ ਵੀ ਇਹ 20 ਰੁਪਈਆਂ ਦੀ ਸ਼ਰਤ ਲਾਉਂਦੀ ਹੈ, 20 ਮਿਰਚਾਂ ਖਾ ਜੂਗੀ। ਬਾਪੂ ਜੀ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਸੀ ਵੀ ਪੜ੍ਹ ਕੇ ਤੈਨੂੰ ਅਕਲ ਆ ਜੂਗੀ, ਉਹ ਮਿਰਚਾਂ ਵੀ ਆਪਣੀਆਂ ਰੁਪਈਏ ਵੀ ਆਪਣੇ, ਇਹਦਾ ਕੀ ਗਿਆ। ਹੁਣ ਇਹ ਦੱਸੋ ਇਹ ਉਸਤਾਦੀ ਮੇਰੇ 'ਚ ਅੱਜ ਤੱਕ ਨਹੀਂ ਆਈ। ਸ਼ਰਤ ਕਹਿੰਦਾ ਤੂੰ ਇਹਦਾ ਦੱਸ ਦਾਅ ਕੀ 'ਤੇ ਲੱਗਿਆ, ਕਾਹਦੇ 'ਤੇ ਇਹਦਾ ਕੀ ਦਾਅ 'ਤੇ ਲੱਗਿਆ। ਖੈਰ ਪੜ੍ਹਦੇ ਰਹਿੰਦੇ ਭਾਈ। ਅੱਠਵੀਂ 'ਚ ਕੁਲੌਦੀ ਦਾ ਨਾਵਲ ਪੜ੍ਹਿਆ ਪਿਨਾਕੀਓ ਪੰਜਾਬੀ 'ਚ, ਉਹਦੇ ਉੱਤੇ ਲਿਖਿਆ ਹੋਇਆ ਰਜਿੰਦਰ ਸਿੰਘ ਆਲੂਵਾਲੀਆ, ਅਨੁਵਾਦਕ ਰਜਿੰਦਰ ਸਿੰਘ ਆਲੂਵਾਲੀਆ, ਹੇਠਾਂ ਲਿਖਿਆ ਹੋਇਆ ਇਟਾਲੀਅਨ 'ਚੋਂ ਪੰਜਾਬੀ ਵਿੱਚ ਸਿੱਧਾ ਅਨੁਵਾਦ। ਕਮਾਲ ਹੈ। ਮੈਂ ਆਪਣੇ ਮਾਸਟਰ ਨੂੰ ਪੁੱਛਿਆ ਵੀ ਅੰਗਰੇਜ਼ੀ 'ਚ ਤਾਂ ਮੰਨਿਆ, ਹਿੰਦੀ 'ਚੋਂ ਮੰਨਿਆ, ਇਟਾਲੀਅਨ 'ਚੋਂ ਕਿਵੇਂ ਕਰ ਦਿੱਤਾ। ਕਹਿੰਦੇ ਵੀ ਮੈਨੂੰ ਇਹ ਤਾਂ ਪਤਾ, ਮੈਨੂੰ ਵੀ ਨਹੀਂ ਹੈ। ਉਹ ਤਾਂ ਪੜ੍ਹਨੋਂ ਨਹੀਂ ਹਟਦਾ ਸੀ ਮੈਂ। ਜੇ ਤੁਸੀਂ ਕਿਸੇ ਨੇ ਨਹੀਂ ਪੜ੍ਹਿਆ ਨਾ, ਬਸ ਮੇਰੀ ਤੁਹਾਨੂੰ ਇੱਛਾ ਇਹ ਹੈ ਕਿ ਕੁਲੌਦੀ ਕੱਕੇ ਨੂੰ ਔਂਕੜ, ਲੱਲੇ ਨੂੰ ਘਨੌੜਾ, ਦੱਦੇ ਨੂੰ ਬਿਹਾਰੀ, ਪਿਨਾਕੀਓ ਇਹ ਕੱਠਪੁਤਲਾ ਪੰਜਾਬੀ 'ਚ ਛਪਿਆ, ਹੁਣ ਫਿਰ ਛਪ ਗਿਆ ਸੀ ਦੁਬਾਰਾ। ਤੋ ਇਹ ਫਿਰ ਮੈਂ ਬਾਅਦ ਦੇ ਵਿੱਚ ਕਾਲਜ 'ਚ ਪਤਾ ਕੀਤਾ ਵੀ ਇਹ ਰਜਿੰਦਰ ਸਿੰਘ ਆਲੂਵਾਲ। ਫਿਰ ਮੈਨੂੰ ਦੱਸਿਆ ਸਰਦਾਰ ਕਪੂਰ ਸਿੰਘ ਨੇ, ਕਹਿੰਦੇ ਇਹ ਇਟਲੀ 'ਚ ਬਤੌਰ ਸੁਪਰਡੈਂਟ ਗਿਆ ਸੀ ਆਪਣੇ ਰਾਜਦੂਤ ਨਾਲ, ਉੱਥੇ ਇਹਨੇ ਇਟਾਲੀਅਨ ਸਿੱਖ ਲਈ, ਇਹਨੇ ਇਟਾਲੀਅਨ 'ਚੋਂ ਕੁਛ ਹੋਰ ਅਨੁਵਾਦ ਵੀ ਕੀਤੇ ਹੋਏ ਨੇ, ਬੰਦਾ ਬਹੁਤ ਜ਼ਹੀਨ ਹੈ ਇਹ। ਤੋ ਮੈਨੂੰ ਐਂ ਲੱਗਿਆ ਵੀ ਕੋਈ ਪੰਜਾਬੀ, ਕੋਈ ਸਿੱਖ ਅੰਗਰੇਜ਼ੀ ਅਤੇ ਹਿੰਦੀ ਅਤੇ ਪੰਜਾਬੀ ਕੁਛ ਜਾਣਦਾ, ਮਤਲਬ ਉਦੋਂ ਦਾਇਰਾ ਮੇਰਾ ਇੰਨਾ ਕੁ ਸੀ ਨਾ। ਲੇਕਿਨ ਇਹ ਗੱਲ ਨਹੀਂ ਮੈਨੂੰ ਉਹਦੀ ਫਖਰ ਨਾਲ ਲਿਖੀ ਹੁਣ ਤੱਕ ਭੁੱਲਦੀ, ਰਜਿੰਦਰ ਸਿੰਘ ਆਲੂਵਾਲੀਆ ਇਟਾਲੀਅਨ ਤੋਂ ਪੰਜਾਬੀ ਵਿੱਚ ਸਿੱਧਾ ਅਨੁਵਾਦ, ਬਹੁਤ ਸੋਹਣਾ ਨਾਵਲ ਹੈ। ਖੈਰ ਫਿਰ ਹੋਰ ਲੇਖਕ ਆਏ, ਪੜ੍ਹਨੇ ਸ਼ੁਰੂ ਕੀਤੇ, ਮਨ 'ਚ ਆਉਂਦਾ ਵੀ ਕੁਛ ਲਿਖੀਏ। ਟਾਈਮ ਮੁਕਾਣ ਦੀ ਕਰਦਾ ਹੁਣ ਤਾਂ, ਮਨ 'ਚ ਆਉਂਦਾ ਕਿ ਕੁਛ ਲਿਖੀਏ। ਲਿਖਦਾ ਅਤੇ ਜਦੋਂ ਕਾਲਜ 'ਚ ਪੜ੍ਹਦਾ ਸੀ ਅਖਬਾਰ ਨੂੰ, ਮੈਗਜ਼ੀਨ ਨੂੰ ਭੇਜ ਦਿੰਦਾ, ਕੋਈ ਨਾ ਛਾਪਦਾ, ਬੜਾ ਗੁੱਸਾ ਆਉਂਦਾ, ਕੀ ਤਕਲੀਫ ਇਹਨਾਂ ਨੂੰ, ਛਾਪਦੇ ਨਹੀਂ ਹਨ, ਬੇਵਕੂਫ। ਫਿਰ ਮੈਨੂੰ ਬੈਠੇ ਬੈਠੇ ਨੂੰ ਖਿਆਲ ਆਇਆ ਇੱਕ ਦਿਨ ਕਿ ਉਹ ਬੇਵਕੂਫਾ ਦੁਨੀਆ 'ਚ ਸ਼ਾਨਦਾਰ ਵਜ਼ਨਦਾਰ ਕਲਾਸਿਕ ਲਿਟਰੇਚਰ ਉੱਤਰ ਚੁੱਕਿਆ, ਰਚਿਆ ਜਾ ਚੁੱਕਿਆ, ਉਹ ਤੂੰ ਪੜ੍ਹਨ ਤੋਂ ਇਨਕਾਰੀ ਹੈ, ਤੇਰਾ ਕਚਰਾ ਲੋਕ ਪੜ੍ਹਨਗੇ, ਇਹ ਤੇਰੀ ਉਮੀਦ ਹੈ, ਤੂੰ ਬੰਦਾ ਬਣ ਕੇ ਪੜ੍ਹਨਾ ਸ਼ੁਰੂ ਕਰ। ਫਿਰ ਮੈਂ ਪੜ੍ਹਨਾ ਸ਼ੁਰੂ ਕੀਤਾ ਜੀ। ਮੈਂ ਆਪਣੇ ਇੱਕ ਸਿਆਣੇ ਦੋਸਤ ਨਾਲ ਵੀ ਇਹ ਗੱਲ ਸ਼ੇਅਰ ਕੀਤੀ ਵੀ ਮੇਰਾ ਜੀ ਕਰਦਾ ਮੈਂ ਪੜ੍ਹਾਂ, ਮੈਂ ਲਿਖਾਂ, ਮੇਰੀ ਲਿਖਤ ਕੁਛ ਛਾਪਦਾ ਨਹੀਂ। ਉਹ ਕਹਿੰਦਾ ਜਿਹਦਾ ਲਿਖਣ ਨੂੰ ਦਿਲ ਕਰਦਾ ਹੋਵੇ, ਲਿਖਣਾ ਆਉਂਦਾ ਨਾ ਹੋਵੇ, ਇੱਕ ਜਨਮ ਉਹ ਪੜ੍ਹਨ 'ਤੇ ਲਾ ਦੇ, ਫਿਰ ਰੱਬ ਖੁਸ਼ ਹੋ ਕੇ ਅਗਲਾ ਜਨਮ ਲੇਖਕ ਦਾ ਦੇ ਦਿੰਦਾ। ਜਿਹਦਾ ਗਾਉਣ ਨੂੰ ਦਿਲ ਕਰਦਾ ਹੋਵੇ, ਗਾਉਣਾ ਆਏ ਨਾ, ਉਹਨੂੰ ਸੁਣਨਾ ਤਾਂ ਆਉਂਦਾ, ਗਲਾ ਖਰਾਬ ਹੈ ਜੀ, ਕੰਨ ਤਾਂ ਠੀਕ ਨੇ। ਇੱਕ ਜਨਮ ਵੱਡੇ ਸੰਗੀਤਕਾਰਾਂ ਨੂੰ ਸੁਣੇ, ਫਿਰ ਰੱਬ ਖੁਸ਼ ਹੋ ਕੇ ਅਗਲਾ ਜਨਮ ਗਾਇਕ ਦਾ ਦੇ ਦਿੰਦਾ। ਇਹ ਗੱਲਾਂ ਸੁਣੀਆਂ, ਫਿਰ ਆਪਾਂ 50 ਸਾਲ ਦੀ ਉਮਰ ਤੱਕ ਲਿਖਿਆ ਨਹੀਂ, ਛਾਪਣ ਵਾਸਤੇ ਨਹੀਂ ਕੁਛ ਭੇਜਿਆ, ਪੜ੍ਹਦਾ ਰਹਿੰਦਾ ਸੀ। ਮੈਂ ਗਿਆ 1993 'ਚ ਕਿ 94 'ਚ ਪਾਕਿਸਤਾਨ, ਉੱਥੇ ਨਨਕਾਣਾ ਸਾਹਿਬ ਜਾਣਾ ਹੀ ਸੀ, ਮੱਥਾ ਟੇਕਣਾ ਹੀ ਸੀ। ਲੇਕਿਨ ਮੈਂ ਪੁੱਛਿਆ ਰਾਏ ਬੁਲਾਰ ਖਾਨ ਸਾਹਿਬ ਦੀ ਕਬਰ ਕਿੱਥੇ ਹੈ, ਕਿਸੇ ਨੇ ਦੱਸ ਦਿੱਤਾ ਕਬਰਸਤਾਨ ਉੱਧਰ ਹੈ ਜੀ, ਉੱਥੇ ਕਬਰ ਹੈ। ਮੈਂ ਦੇਖਿਆ ਕਬਰ ਦੇ ਨੇੜੇ ਤੇੜੇ ਵੀ ਅਤੇ ਕਬਰ ਦੇ ਉੱਪਰ ਵੀ ਪਾਥੀਆਂ ਪੱਥੀਆਂ ਹੋਈਆਂ ਸੀ। ਮੈਂ ਉੱਥੇ ਪੁਲਿਸ ਦੇ ਅਫਸਰ ਸਨ, ਮੈਂ ਇਤਰਾਜ਼ ਕੀਤਾ ਵੀ ਇਹ ਬੇਅਦਬੀ ਹੋ ਰਹੀ ਹੈ, ਬਹੁਤ ਵੱਡਾ ਸਰਦਾਰ ਸੀ, ਬਹੁਤ ਵੱਡਾ ਜ਼ਿਮੀਂਦਾਰ ਸੀ ਉਹ ਸ਼ਖਸ ਜਿਹਨੇ 18,750 ਏਕੜ ਜ਼ਮੀਨ ਗੁਰੂ ਨਾਨਕ ਦੇਵ ਜੀ ਨੂੰ ਗਿਫਟ ਦਿੱਤੀ ਸੀ, ਅਤੇ ਅੱਜ ਤੱਕ ਉਹ ਗਿਫਟ ਸਟੈਂਡ ਕਰਦੀ ਹੈ। 1500 ਮਰਬੇ ਜ਼ਮੀਨ 'ਚੋਂ 750 ਮਰਬੇ। ਮੈਂ ਉਹਨਾਂ ਨੂੰ ਪੁੱਛਿਆ ਵੀ ਰਾਏ ਸਾਹਿਬ ਦਾ ਇੱਥੇ ਕੋਈ, ਕਹਿੰਦੇ ਜੀ ਜ਼ਿਆਦਾ ਉਹ ਪਰਿਵਾਰ, ਕਹਿੰਦੇ ਜੀ ਖਾਨਦਾਨ ਬਹੁਤ ਵੱਡਾ ਹੈ, ਉਹ ਗਵਰਨਰ ਵੀ ਰਹਿ ਚੁੱਕੇ ਨੇ, ਵਜ਼ੀਰ ਵੀ ਰਹਿ ਚੁੱਕੇ ਨੇ, ਵਿਦੇਸ਼ ਰਾਜਦੂਤ ਵੀ ਰਹਿ ਚੁੱਕੇ ਨੇ, ਇਸਲਾਮਾਬਾਦ ਰਹਿੰਦੇ ਨੇ, ਲੇਕਿਨ ਹਵੇਲੀ ਇੱਥੇ ਵੀ ਹੈ, ਕੋਈ ਨਾ ਕੋਈ ਇੱਥੇ ਵੀ ਰਹਿੰਦਾ। ਮੈਂ ਕਿਹਾ ਮੈਨੂੰ ਦੱਸਿਓ ਕਿੱਥੇ ਹਵੇਲੀ। ਮੈਂ ਗਿਆ, ਸਲਾਮ ਅਲੈਕਮ,
ਮੈਂ ਕਿਹਾ ਤੁਹਾਡੇ ਵਡੇਰੇ ਸਨ ਰਾਏ ਬੁਲਾ ਖਾਨ ਸਾਹਿਬ, ਉਹਨਾਂ ਦੀ ਕਬਰ ਦੀ ਦੁਰਦਸ਼ਾ ਬੇਅਦਬੀ ਇਹ, ਤੁਸੀਂ ਕਦੀ ਸੋਚਿਆ ਨਹੀਂ? ਉਹ ਕਹਿੰਦੇ ਤੁਹਾਡੇ ਵੀ ਤਾਂ ਵੱਡੇ ਸਨ, ਅੱਧੀ ਜਾਇਦਾਦ ਤੁਸੀਂ ਸਾਂਭ ਲਈ, ਤੁਹਾਡਾ ਨਹੀਂ ਫਰਜ਼ ਬਣਦਾ? ਇਹ ਜ਼ਿੰਮੇਵਾਰੀਆਂ ਸਾਰੀਆਂ ਸਾਡੇ ਸਿਰ ਹੀ ਨੇ। ਮੈਂ ਕਿਹਾ ਗੱਲ ਤਾਂ ਕੋਈ ਬੁਰਾ ਮਨਾਉਣ ਵਾਲੀ ਨਹੀਂ ਹੈ, ਇਹ ਮੈਨੂੰ ਕਰਨਾ ਚਾਹੀਦਾ। ਉੱਥੇ ਮੌਜੂਦ SP ਅਤੇ ਇੱਕ ਸਿਵਲ ਅਫਸਰ ਕੈਂਪ 'ਚ ਜਿੱਥੇ ਅਸੀਂ ਰਹੇ ਸੀ, ਮੈਂ ਉਹਨਾਂ ਨਾਲ ਗੱਲ ਕੀਤੀ ਵੀ ਸਰਕਾਰ ਦੀ ਇਜਾਜ਼ਤ ਲੈਣੀ ਪਊ, ਇਹ ਤਾਂ ਮੈਂ ਹੀ ਕਰ ਦਿੰਦਾ ਇਹ ਸੇਵਾ, ਤਾਂ ਮੈਂ ਇੱਕ ਬਗੀਚੀ ਲਾ ਦਿੰਦਾ ਇੱਥੇ ਅਤੇ ਮਿਸਤਰੀ ਬੁਲਾ ਕੇ ਇੱਥੇ ਆਪਾਂ ਥੋੜ੍ਹੇ ਠੀਕ ਠਾਕ ਹੀ ਕਰਨੀ, ਹੋਰ ਕਿਹੜਾ ਮਹਿਲ ਬਣਾਉਣੇ ਨੇ ਇੱਥੇ? ਜੇ ਸਿੱਖਾਂ ਅੱਗੇ ਬੇਨਤੀ ਕਰਾਂ ਮੈਂ ਉਹ ਵੀ ਪੈਸੇ ਦੇ ਦੇਣਗੇ ਨਾਲ ਦੀ ਵੀ। ਉਹ ਕਹਿੰਦੇ ਪਰ ਇਜਾਜ਼ਤ ਲੈਣੀ ਪਏਗੀ। ਮੈਂ ਕਿਹਾ ਕਿਹਦੇ ਤੋਂ? ਮੈਨੂੰ ਦੱਸ ਦਿੱਤਾ ਹੋਮ ਡਿਪਾਰਟਮੈਂਟ ਤੋਂ। ਮੈਂ ਕਿਹਾ ਕਿੱਥੇ ਟਾਈਪਿਸਟ, ਮੈਂ ਉਹਦੇ ਤੋਂ ਅਰਜ਼ੀ ਲਿਖਵਾਵਾਂ। ਇੰਨੇ ਨੂੰ ਚਾਹ ਮੰਗਵਾ ਲਈ ਉਹਨਾਂ ਨੇ ਗੱਲਾਂ, ਮੈਂ ਕਿਹਾ ਟਾਈਪਿਸਟ ਦੱਸ ਦਿੱਤਾ। ਫਿਰ ਮੈਨੂੰ ਜਦੋਂ ਮੈਂ ਉੱਠਣ ਲੱਗਿਆ ਮੈਨੂੰ ਕਹਿੰਦੇ ਸਰਦਾਰ ਨਾ ਅਰਜ਼ੀ ਲਿਖਵਾਏ ਤਾਂ ਚੰਗਾ ਹੀ ਹੈ। ਮੈਂ ਕਿਹਾ ਕਿਉਂ? ਕਹਿੰਦੇ ਇਹ ਮਨਜ਼ੂਰ ਨਹੀਂ ਹੋਣੀ ਤੁਹਾਡੀ ਅਰਜ਼ੀ, ਤੁਸੀਂ ਪੁੱਛਦੇ ਰਹੋਗੇ, ਉਡੀਕਦੇ ਰਹੋਗੇ ਅਰਜ਼ੀ ਦਾ ਕੀ ਬਣਿਆ, ਹੁਣੇ ਦੱਸ ਦਿੰਦੇ ਕਿ ਇਹ ਨਾ ਮਨਜ਼ੂਰ ਹੋਊਗੀ। ਮੈਂ ਕਿਉਂ? ਕਹਿੰਦੇ ਕਿਉਂਕਿ ਇਸਲਾਮ 'ਚ ਕਬਰਾਂ ਪੂਜਣ ਦੀ ਮਨਾਹੀ ਹੈ। ਮੈਂ ਕਿਹਾ ਦੇਖੋ ਮੈਨੂੰ ਉੱਚਾ ਬੋਲ ਬੋਲਣਾ ਤਾਂ ਨਹੀਂ ਚਾਹੀਦਾ, ਜਹਾਨ 'ਚ ਜਿੰਨੇ ਕਬਰ ਪੂਜ ਮੁਸਲਮਾਨ ਨੇ ਉਨਾ ਹੋਰ ਕੋਈ ਨਹੀਂ ਹੈ। ਉਹ ਕਹਿੰਦੇ ਇਹ ਦਰੁਸਤ ਹੈ, ਅਸਲੀਅਤ ਇਹੀ ਹੈ, ਪਰ ਇਸ ਤਰ੍ਹਾਂ ਦੀ ਮੰਗ ਰੱਦ ਕਰਨ ਵਾਸਤੇ ਚਿੱਠੀ ਦਾ ਜਵਾਬ ਇਹ ਮਿਲੇਗਾ। ਮੈਂ ਚਲੋ ਮੈਂ ਯਤਨ ਕਰਦਾ, ਮੈਂ ਆ ਕੇ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਸ਼੍ਰੋਮਣੀ ਕਮੇਟੀ ਨੂੰ, ਦਿੱਲੀ ਕਮੇਟੀ ਨੂੰ, ਯਤਨ ਜਦੋਂ ਮਨਜੀਤ ਸਿੰਘ ਕਲਕੱਤਾ ਨੇ ਕੀਤਾ ਸੀ ਯਤਨ ਚਿੱਠੀ ਪੱਤਰ, ਹੋਇਆ ਨਹੀਂ ਕੁਛ। ਸਰਦਾਰ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਦਿੱਤੀ ਜੀ ਮੈਂ ਜਦੋਂ ਪ੍ਰਾਈਮ ਮਿਨਿਸਟਰ ਬਣੇ। 15 ਦਿਨਾਂ ਬਾਅਦ ਮੇਰੇ ਕੋਲ ਚਿੱਠੀ ਦਾ ਜਵਾਬ ਆਇਆ। ਪ੍ਰਾਈਮ ਮਿਨਿਸਟਰ ਜਾਂ ਗਵਰਨਰ ਆਪਣੇ ਦਸਖਤਾਂ ਹੇਠਾਂ ਚਿੱਠੀ ਨਹੀਂ ਭੇਜਦਾ ਹੁੰਦਾ। ਜਿਹੜੀ ਚਿੱਠੀ ਮੇਰੇ ਕੋਲ ਆਈ ਪਈ ਹੈ ਉਹ ਸਰਦਾਰ ਮਨਮੋਹਨ ਸਿੰਘ ਦੇ ਦਸਖਤਾਂ ਨਾਲ ਆਈ ਹੋਈ ਹੈ। ਉਹਦੇ 'ਤੇ ਲਿਖਿਆ ਕਿ ਤੁਹਾਡੀ ਮੰਗ ਜਾਇਜ਼ ਹੈ, ਅਸੀਂ ਸੰਬੰਧਿਤ ਮਹਿਕਮੇ ਨਾਲ ਰਾਬਤਾ ਕਾਇਮ ਕਰ ਲਿਆ ਹੋਇਆ, ਕੁਛ ਸਮਾਂ ਲੱਗ ਸਕਦਾ ਲੇਕਿਨ ਤੁਹਾਡੀ ਇਹ ਇੱਛਾ ਪੂਰੀ ਹੋਏਗੀ। ਅੰਗਰੇਜ਼ੀ 'ਚ ਚਿੱਠੀ ਮੇਰੇ ਕੋਲ ਪਈ ਹੈ। ਕੋਈ ਤਕਰੀਬਨ ਇਸ ਚਿੱਠੀ ਪੱਤਰ ਤੋਂ 6 ਮਹੀਨੇ ਬਾਅਦ ਮੇਰੇ ਕੋਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਦਾ ਫੋਨ ਆਇਆ। ਕਹਿੰਦਾ ਜੀ ਮੈਂ ਰਾਏ ਬੁਲਾਰ ਖਾਨ ਸਾਹਿਬ ਦੇ ਪਰਿਵਾਰ ਦਾ ਦੋਸਤ ਹਾਂ, ਤੁਹਾਨੂੰ ਵਧਾਈ ਹੋਵੇ। ਮੈਂ ਕੀ ਹੋ ਗਿਆ? ਕਹਿੰਦਾ ਤੁਹਾਡੀ ਇੱਛਾ ਦੀ ਪੂਰਤੀ ਹੋ ਗਈ। ਕੀ ਹੋਇਆ? ਕਹਿੰਦਾ ਇੱਥੇ ਇੱਥੋਂ ਜਿਹੜੇ ਆਪਣੇ ਰਾਜਦੂਤ ਨੇ ਨਾ ਪਾਕਿਸਤਾਨ 'ਚ, ਸੰਵਨ ਸੱਭਰਵਾਲ ਸੀ, ਕਹਿੰਦੇ ਜੀ ਲਾਹੌਰ 'ਚ ਮੁਸ਼ਾਇਰਾ ਹੋਇਆ ਬਹੁਤ ਵੱਡਾ, ਜਿਹਦੇ 'ਚ ਚੀਫ ਗੈਸਟ ਮੁੱਖ ਮੰਤਰੀ ਅਤੇ ਨਾ ਚੀਫ ਗੈਸਟ ਸੱਭਰਵਾਲ ਪ੍ਰਿਜ਼ਾਈਡ ਕਰਨਾ ਸੀ ਮੁੱਖ ਮੰਤਰੀ ਨੇ, ਵੱਡੇ ਸ਼ਾਇਰ ਆਏ ਹੋਏ ਸੀ। ਮੁਸ਼ਾਇਰਾ ਹੋਇਆ, ਦਾਦ ਮਿਲੀ, ਖੁਸ਼ ਹੋਏ ਸਾਰੇ, ਅਤੇ ਸੱਭਰਵਾਲ ਸਾਹਿਬ ਨੂੰ ਕਿਹਾ ਗਿਆ ਵੀ ਹੁਣ ਤੁਸੀਂ ਚੰਦ ਅਲਫਾਜ਼ ਸਰੋਤਿਆਂ ਨਾਲ ਸ਼ੇਅਰ ਕਰੋ। ਉਹਨਾਂ ਨੇ ਸ਼ਾਇਰਾਂ ਨੂੰ ਦਾਤ ਦਿੱਤੀ ਅਤੇ ਇਹ ਕਿਹਾ ਕਿ ਖੁਸ਼ ਨਸੀਬ ਸ਼ਖਸ ਸਨ ਰਾਏ ਬੁਲਾਰ ਖਾਨ ਸਾਹਿਬ, ਜਿਨ੍ਹਾਂ ਬਾਰੇ ਕੋਈ ਵਿਵਾਦ ਹੀ ਨਹੀਂ, ਮੁਸਲਮਾਨਾਂ ਦੇ ਵੀ ਵਡੇਰੇ, ਹਿੰਦੂਆਂ ਦੇ ਵੀ ਵਡੇਰੇ, ਸਿੱਖਾਂ ਦੇ ਵੀ ਵਡੇਰੇ। ਮੈਨੂੰ ਇਸ ਮੁਬਾਰਕ ਮੌਕੇ 'ਤੇ ਜੇ ਸਰਕਾਰ ਪਾਕਿਸਤਾਨ ਆਗਿਆ ਦੇ ਦੇਵੇ ਮੈਂ ਉਹਨਾਂ ਦੀ ਕਬਰ ਦੀ ਸੇਵਾ ਸੰਭਾਲ ਕਰਨਾ ਚਾਹੁੰਦਾ ਹਿੰਦੁਸਤਾਨ ਸਰਕਾਰ ਦੇ ਖਰਚੇ 'ਤੇ। ਇਹ ਮੰਗ ਰੱਖ ਕੇ ਬੈਠ ਗਏ। ਮੁੱਖ ਮੰਤਰੀ ਜੀ ਆਏ ਸਟੇਜ 'ਤੇ, ਕਹਿਣ ਲੱਗੇ ਇਹਨਾਂ ਦੀ ਮੰਗ ਜਾਇਜ਼ ਹੈ, ਦਰੁਸਤ ਹੈ, ਅਸੀਂ ਹਿੰਦੁਸਤਾਨ ਸਰਕਾਰ ਨੂੰ ਜ਼ਹਿਮਤ ਕਿਉਂ ਦਈਏ, 2 ਕਰੋੜ ਰੁਪਇਆ ਇਸ ਕਬਰ ਵਾਸਤੇ ਮੈਂ ਐਲਾਨ ਕਰਦਾ ਹੁਣੀ ਸੈਂਕਸ਼ਨ ਕਰਨ ਦਾ। ਮੈਨੂੰ ਹਾਈਕੋਰਟ ਦੇ ਵਕੀਲ ਨੇ ਉਹ ਕਬਰ ਦੀਆਂ ਫੋਟੋਆਂ ਭੇਜੀਆਂ, ਬਗੀਚੇ ਦੀਆਂ ਫੋਟੋਆਂ ਭੇਜੀਆਂ ਅਤੇ ਕਿਹਾ ਕਿ ਤੁਹਾਡੀ ਇੱਛਾ ਪੂਰੀ ਹੋਈ। ਇਹਨਾਂ ਗੱਲਾਂ ਨੂੰ ਮੈਂ ਚਮਤਕਾਰ ਸਮਝਦਾ ਹੁੰਦਾ। ਤੋ 2-3 ਵਾਕ ਹਨਗੇ ਤਾਂ ਮੇਰੇ ਕੋਲ ਬਹੁਤ ਵਾਕ ਰੱਟੇ ਜਿਹੜੇ ਲਾਏ ਹੋਏ ਨੇ, ਕਦੀ ਫੇਰ ਸੁਣਾਵਾਂਗੇ ਉਹਨਾਂ 'ਚੋਂ, ਲੇਕਿਨ ਹੁਣ ਸਮਾਪਤੀ ਵੀ ਕਰਨੀ ਅਸੀਂ, ਮੈਂ ਅਤੇ ਹੁਸਨਵੀਰ ਨੇ ਚੰਡੀਗੜ੍ਹ ਵੀ ਜਾਣਾ, ਉੱਥੇ ਵੀ ਕੰਮ ਹੈ ਛੋਟਾ ਜਿਹਾ। ਰਵਿੰਦਰ ਨਾਥ ਟੈਗੋਰ ਕਲਾਸ ਵੀ ਮੈਂ ਕਹਿੰਦਾ ਹੁੰਦਾ ਵੀ ਪੰਜਾਬ ਦੇ ਜਵਾਨ ਇੱਕ ਤਾਂ ਗਾਂਧੀ ਨੂੰ ਇੱਕ ਟੈਗੋਰ ਨੂੰ ਦੋਵਾਂ ਨੂੰ ਪਸੰਦ ਨਹੀਂ ਕਰਦੇ, ਬਿਨਾਂ ਜਾਣੇ ਅਤੇ ਬਿਨਾਂ ਪੜ੍ਹੇ ਰੱਦ। ਮੈਂ ਇਹ ਕਹਿੰਦਾ ਹੁੰਦਾ ਰੱਦ ਕਰਨ ਦਾ ਤੁਹਾਨੂੰ ਹੱਕ ਹੈ ਪਰ ਪੜ੍ਹਨ ਤੋਂ ਬਾਅਦ। ਮੈਨੂੰ ਗੁਰਨੈਬ ਸਿੰਘ ਮੇਰੇ ਕੋਲ ਆ ਗਏ ਡਿਪਾਰਟਮੈਂਟ 'ਚ, ਕਹਿੰਦੇ ਜੀ ਅਸੀਂ ਲੜੀ ਛਾਪਣੀ ਹੈ ਹਿੰਦੁਸਤਾਨ ਦੇ ਚਿੰਤਕਾਂ ਦੀ, ਸ਼ਾਇਰਾਂ ਦੀ, ਅਤੇ ਮੇਰੇ ਡਿਪਾਰਟਮੈਂਟ ਨੇ ਫੈਸਲਾ ਕੀਤਾ ਕਿ ਰਵਿੰਦਰ ਨਾਥ ਟੈਗੋਰ 'ਤੇ ਤੁਸੀਂ ਲਿਖੋ। ਮੈਂ ਕਿਹਾ ਨਾ ਭਾਈ, ਮੇਰੇ ਆਪਣੇ ਕੰਮ ਕਾਜ ਬਥੇਰੇ ਨੇ, ਮੈਂ ਹੋਰ ਕੰਮ ਛੇੜੇ ਹੋਏ ਨੇ, ਮੈਂ ਨਹੀਂ ਲਿਖਦਾ।
ਉਹ ਕਹਿੰਦੇ ਸਾਡੇ ਡਿਪਾਰਟਮੈਂਟ ਨੇ ਸਰਬਸੰਮਤੀ ਨਾਲ ਇਹਨੇ ਵੇ ਰੈਜ਼ੋਲਿਊਸ਼ਨ ਪਾਇਆ ਅਤੇ ਕਿਹਾ ਕਿ ਟੈਗੋਰ 'ਤੇ ਜੇ ਲਿਖੂਗਾ ਤਾਂ ਪੰਨੂ ਲਿਖੂਗਾ, ਤੁਸੀਂ ਸਾਡਾ ਮਾਣ ਨਾ ਤੋੜੋ। ਮੈਂ ਚੁੱਪ ਕਰ ਗਿਆ। ਕਹਿੰਦੇ ਇੱਕ ਹਿੰਦੀ ਦਾ ਸੈੱਟ ਕੰਪਲੀਟ ਵਰਕਸ, ਇੱਕ ਅੰਗਰੇਜ਼ੀ ਦਾ, ਇਹ ਦੋਏ ਮੈਂ ਲਿਆ ਕੇ ਦੇਊਂਗਾ, 25,000 ਰੁਪਈਆ ਦੇਵਾਂਗੇ। ਮੈਂ ਕਿਹਾ ਸਾਲ 'ਚ ਜੇ ਨਾ ਲਿਖੀ ਗਈ? ਕਹਿੰਦੇ ਤੁਹਾਡੇ 'ਤੇ ਸਾਲ ਦੀ ਕੋਈ ਬੰਦਿਸ਼ ਨਹੀਂ, ਤੁਸੀਂ ਜਦੋਂ ਮਰਜ਼ੀ ਲਿਖ ਦਿਓ। ਹੁਣ ਇਹ ਗੱਲਾਂ ਤੁਹਾਨੂੰ ਸੁਣਾਈਆਂ ਜਿਹੜੀਆਂ ਮੈਂ ਨਾ, ਟੈਗੋਰ ਦੀ ਗੱਲ ਸੁਣਾਉਣਾ ਇਹਦੇ ਨਾਲ ਹੀ ਤੁਹਾਨੂੰ। ਟੈਗੋਰ ਕਹਿੰਦਾ ਬੰਗ ਬੰਧੂ ਦਾ ਸੰਪਾਦਕ ਮੇਰਾ ਦੋਸਤ ਵੀ ਸੀ, ਪਾਠਕ ਵੀ, ਉਹ ਕਈ ਵਾਰੀ ਮੈਨੂੰ ਚਿੱਠੀਆਂ ਲਿਖ ਚੁੱਕਿਆ ਸੀ, ਫੋਨ ਕਰ ਚੁੱਕਿਆ ਸੀ ਕਿ ਇੱਕ ਲੰਮੀ ਕਹਾਣੀ ਲਿਖਾਂ, ਲੰਬੀ ਕਹਾਣੀ ਮਤਲਬ ਨਾਵਲ। ਹੁਣ ਮੁੱਖਬੰਧ 'ਚ ਲਿਖ ਰਿਹਾ ਟੈਗੋਰ, ਅੱਖ ਦੀ ਰੜਕ ਨਾਵਲ 'ਚ, ਆਂਖ ਕੀ ਕਿਰਕਰੀ ਮੁੱਖਬੰਧ 'ਚ ਲਿਖ ਰਿਹਾ। ਇੱਕ ਦਿਨ ਤਾਂ ਉਹ ਮੇਰੇ ਕੋਲ ਆ ਹੀ ਬੈਠਾ, ਕਹਿਣ ਲੱਗਾ ਹਰ ਹਫ਼ਤੇ ਐਤਵਾਰੀ ਅੰਕ ਵਿੱਚ ਛਾਪਾਂਗਾ, ਲੰਮੀ ਕਹਾਣੀ ਲਿਖੋ। ਮੈਂ ਉਸ ਨੂੰ ਕਿਹਾ ਨਿੱਕੀਆਂ ਕਹਾਣੀਆਂ ਤਾਂ ਟੁੱਟੇ ਤਾਰਿਆਂ ਵਾਂਗ ਮੇਰੀ ਝੋਲੀ 'ਚ ਡਿੱਗਦੀਆਂ ਰਹੀਆਂ, ਲੰਮੀ ਕਹਾਣੀ ਕਦੇ ਲਿਖੀ ਨਹੀਂ। ਫਿਰ ਉਸਨੇ ਮੈਨੂੰ ਕੁਝ ਖਾਣ ਪਿਆਉਣ ਦਾ ਲਾਲਚ ਵੀ ਦਿੱਤਾ। ਜਦੋਂ ਕੋਈ ਮੈਨੂੰ ਲਾਲਚ ਦੇਵੇ, ਮੈਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਮੇਰੇ ਅੰਦਰਲਾ ਤਿਆਗ ਹਥਿਆਰ ਸੁੱਟੇਗਾ ਅਤੇ ਲਾਲਚ ਜਿੱਤ ਜਾਏਗਾ। ਮੈਂ ਹਾਂ ਕਰ ਦਿੱਤੀ। ਹੁਣ ਲੰਮੀ ਕਹਾਣੀ ਲਿਖਾਂ ਕਿਵੇਂ? ਮੈਂ ਆਪਣੇ ਦਿਲ ਨੂੰ ਕਿਹਾ ਉਹ ਦਿਲਾ ਧੂਈ ਬਾਲ ਵਿੱਚ ਅੱਗ ਵਿੱਚ ਲੋਹੇ ਦਾ ਟੁਕੜਾ ਰੱਖ, ਉਹਨੂੰ ਲਾਲ ਕਰਕੇ ਹਥੌੜੇ ਨਾਲ ਸੱਟਾਂ ਮਾਰੀ, ਚੱਲ ਕੋਈ ਨਾ ਕੋਈ ਮੂਰਤ ਪ੍ਰਗਟ ਹੋਏਗੀ। ਤੁਸੀਂ ਇਹ ਨਾਵਲ ਪੜ੍ਹ ਕੇ ਦੇਖੋ, ਤੁਹਾਡੇ ਦਿਲ 'ਤੇ ਹਥੌੜੇ ਵੱਜਦੇ ਨੇ। ਮੈਂ ਵੀ ਗੁਰਨਾਇਬ ਨੂੰ ਫਿਰ ਹਾਂ ਕਰ ਦਿੱਤੀ ਜਦੋਂ 25,000 ਕਿਹਾ। ਭਾਈ ਮੇਰੀ ਕਿਸਮਤ ਚੰਗੀ ਕਿ ਮੈਂ ਟੈਗੋਰ ਪੜ੍ਹ ਲਿਆ। ਧਾਲੀਵਾਲ ਸਾਹਿਬ ਦੱਸ ਕੇ ਗਏ ਨੇ ਕਿ ਜਿਹਨੂੰ ਕਵਿਤਾ ਨਹੀਂ ਆਉਂਦੀ ਉਹਨੂੰ ਕੁਛ ਵੀ ਨਹੀਂ ਆਉਂਦਾ। ਇਹ ਗੱਲ ਪ੍ਰੈਕਟੀਕਲੀ ਮੈਨੂੰ ਉਦੋਂ ਪਤਾ ਲੱਗੀ ਜਦੋਂ ਮੈਂ ਅਮਰ ਭਾਰਤੀ ਪੜ੍ਹਿਆ। ਪੰਜਾਬੀ 'ਚ ਵੀ ਕੁਛ ਲੋਕਾਂ ਨੇ ਜਦੋਂ 100ਵੀਂ ਵਰ੍ਹੇਗੰਢ ਮਨਾਈ ਗਈ ਸੀ ਨਾ, ਮੇਤੋਂ ਤਾਂ ਲਿਖਵਾਈ 150ਵੀਂ ਵਰ੍ਹੇਗੰਢ 'ਤੇ, ਲੇਕਿਨ 100ਵੀਂ ਵਰ੍ਹੇਗੰਢ ਜਦੋਂ ਮਨਾਈ ਸੀ ਟੈਗੋਰ ਦੀ ਜਯੰਤੀ, ਉਦੋਂ ਅਮਰ ਭਾਰਤੀ ਨੇ ਉਹਨਾਂ ਦੇ ਵਰਕਸ ਕੁਛ ਇੱਕ ਟਰਾਂਸਲੇਟ ਕੀਤੇ ਸੀ ਪੰਜਾਬੀ 'ਚ। ਅਤੇ ਅਮਰ ਭਾਰਤੀ ਉਹ ਸ਼ਖਸ ਸੀ ਜਿਹਦਾ ਬਾਪੂ ਕਾਰੋਬਾਰ ਕਲਕੱਤੇ ਕਰਦਾ ਸੀ, ਇਹ ਜੰਮਿਆ ਪਲਿਆ ਬੰਗਾਲ 'ਚ, ਯਾਨੀ ਇਹਦੀ ਮਾਂ ਬੋਲੀ ਪੰਜਾਬੀ ਵੀ ਅਤੇ ਬੰਗਾਲੀ ਵੀ ਸਮਝੋ। ਮੈਂ ਇਹਦੀਆਂ ਕਿਤਾਬਾਂ ਪੜ੍ਹੀਆਂ, ਸਿਰ ਮੱਥੇ 'ਤੇ ਹੱਥ ਮਾਰਿਆ, ਇੰਨੀ ਨੀਰਸ ਲਿਖਤ, ਇਹਦੇ ਨਾਲੋਂ ਤਾਂ ਹਿੰਦੀ ਦੀਆਂ ਚੰਗੀਆਂ। ਮੈਨੂੰ ਇਹ ਲੱਗਦਾ ਹੁੰਦਾ ਸੀ ਦੋਸਤੋ ਕਿ ਟੈਗੋਰ ਦੋ ਸੈੱਟ ਪਏ ਨੇ ਨਾ ਮੇਰੇ ਕੋਲ, ਮੈਨੂੰ ਲੱਗਦਾ ਸੀ ਹਿੰਦੀ ਵਾਲਾ ਜ਼ਿਆਦਾ ਵਧੀਆ ਹੋਊਗਾ ਅੰਗਰੇਜ਼ੀ ਨਾਲੋਂ। ਜਦੋਂ ਮੈਂ ਦੋਵੇਂ ਪੜ੍ਹੇ, ਕਿਉਂਕਿ ਹਿੰਦੀ ਬੰਗਲਾ ਦੇ ਨੇੜੇ ਆ ਨਾ, ਨੇੜੇ ਹੋਣੀ ਚਾਹੀਦੀ ਹੈ, ਵਧੀਆ ਅੰਗਰੇਜ਼ੀ ਦੀ ਟ੍ਰਾਂਸਲੇਸ਼ਨ ਵਧੀਆ। ਮੈਂ ਸੋਚਣਾ ਸ਼ੁਰੂ ਕੀਤਾ ਅੰਗਰੇਜ਼ੀ ਦੀ ਟ੍ਰਾਂਸਲੇਸ਼ਨ ਕਿਉਂ ਵਧੀਆ, 90% ਟੈਗੋਰ ਖੁਦ ਕਰ ਗਿਆ ਸੀ ਅੰਗਰੇਜ਼ੀ 'ਚ। ਅਮਰ ਭਾਰਤੀ ਦੀ ਬੋਲੀ ਪੰਜਾਬੀ ਅਤੇ ਬੰਗਲਾ ਦੋਵੇਂ, ਪਰ ਉਹਨੂੰ ਕਵਿਤਾ ਨਹੀਂ ਆਉਂਦੀ। ਜਿਹਨੂੰ ਕਵਿਤਾ 'ਚ ਰਸ ਨਹੀਂ ਨਾ, ਜਿਹਨੂੰ ਕਵਿਤਾ ਦਾ ਪਤਾ ਨਹੀਂ ਕੀ ਹੁੰਦੀ ਹੈ, ਉਹ ਟੈਗੋਰ ਨੂੰ ਨਾ ਪੜ੍ਹੇ। ਮੈਂ ਨਹੀਂ ਇਹ ਕਹਿੰਦਾ ਕਿ ਬੰਦਾ ਬੁਰਾ ਹੈ, ਲੇਕਿਨ ਫਿਰ ਉਹ ਕਵੀਆਂ ਨੂੰ ਸ਼ਾਇਰਾਂ ਨੂੰ ਨਾ ਪੜ੍ਹੇ, ਸੰਗੀਤਕਾਰਾਂ ਨੂੰ ਨਾ ਸੁਣੇ। ਟੈਗੋਰ ਦੇ 2-3 ਵਾਕ ਸੁਣਾ ਕੇ ਤੁਹਾਡੇ ਤੋਂ ਖਿਮਾ। ਟੈਗੋਰ, ਹੁਣ ਤੁਸੀਂ ਦੇਖੋ ਕਿ WB Yeats, ਉਹਨੇ ਮੁੱਖ ਬੰਦ ਭੂਮਿਕਾ ਲਿਖੀ ਹੈ ਗੀਤਾਂਜਲੀ ਦੀ, ਉਹ ਵੀ ਨੋਬਲ ਲੋਰੀਏਟ ਸੀ। ਇਹ ਲੋਕਾਂ 'ਚ ਵਡਿੱਤਣ ਐਡੀ, ਮਤਲਬ ਆਪਾਂ ਨੂੰ ਅੰਗਰੇਜ਼ ਦੱਸ ਰਹੇ ਨੇ ਕਿ ਟੈਗੋਰ ਬਾਬਤ ਜਿਹੜੀ ਇਹ ਅਫਵਾਹ ਫੈਲਾਈ ਗਈ ਹੈ ਨਾ ਕਿ ਇਹਨੂੰ ਅੰਗਰੇਜ਼ੀ ਤਾਂ ਆਉਂਦੀ ਹੁੰਦੀ ਨਹੀਂ ਸੀ, ਇਹ ਤਾਂ ਯੇਟਸ ਨੇ ਠੀਕ ਕਰ ਦਿੱਤੀ, ਗੀਤਾਂਜਲੀ ਨੋਬਲ ਪ੍ਰਾਈਜ਼ ਮਿਲ ਗਿਆ ਇਹਨੂੰ। ਯੇਟਸ ਦੱਸਦਾ ਹੈ, ਕਹਿੰਦਾ ਮੈਂ ਇਹਦੀ ਗੀਤਾਂਜਲੀ ਠੀਕ ਕੀਤੀ ਸੀ, ਜਦੋਂ ਇਹਨੇ ਦੇਖੀ ਕਹਿਣ ਲੱਗਾ ਤੂੰ ਗਲਤ ਕਰ ਦਿੱਤੀ। ਮੈਨੂੰ ਕਹਿੰਦਾ ਮੈਂ ਤਾਂ ਬੱਚਿਆਂ ਦੇ ਗੀਤ ਲਿਖੇ ਸੀ, ਬੱਚਿਆਂ ਦੇ ਬਾਲ ਗੀਤ, ਤੂੰ ਸਿਆਣਿਆਂ ਦੀ ਲੈਂਗੁਏਜ ਬਣਾ ਦਿੱਤੀ ਇਹ। ਕਹਿੰਦਾ ਉੱਥੇ ਸਟਾਕ ਹੋਮ 'ਚ ਦੋਵੇਂ ਕਾਪੀਆਂ ਪਈਆਂ ਨੇ, ਜਿਹੜੀ ਮੇਰੀ ਕੁਰੈਕਟ ਕੀਤੀ ਹੋਈ ਉਹ ਵੀ ਪਈ ਹੈ, ਟੈਗੋਰ ਦੀ ਗਲਤ ਅੰਗਰੇਜ਼ੀ ਵੀ ਪਈ ਹੈ, ਇਨਾਮ ਟੈਗੋਰ ਦੀ ਗਲਤ ਅੰਗਰੇਜ਼ੀ ਵਾਲੀ ਨੂੰ ਮਿਲਿਆ ਹੋਇਆ। ਅਤੇ ਕਦੇ ਕਦੇ ਹਾਦਸੇ ਇਸ ਤਰ੍ਹਾਂ ਹੁੰਦੇ ਨੇ ਕੁਲਬੀਰ ਜੀ, ਕਿ ਨੋਬਲ ਪ੍ਰਾਈਜ਼ ਵੀ ਮਿਲ ਚੁੱਕਿਆ ਸੀ ਟੈਗੋਰ ਨੂੰ, ਤਾਂ ਵੀ ਸਕੂਲ ਦੇ ਮਾਸਟਰ ਵਿਦਿਆਰਥੀਆਂ ਨੂੰ ਇੱਕ ਬੰਗਲਾ ਦਾ ਪੈਰਾ ਲਿਖ ਕੇ ਕਿਹਾ ਕਰਦੇ ਸੀ, ਹੇਠ ਲਿਖੀ ਗਲਤ ਜ਼ਮਾਨ ਨੂੰ ਦਰੁਸਤ ਕਰੋ, ਉਹ ਪੈਰਾ ਰਵਿੰਦਰ ਨਾਥ ਟੈਗੋਰ ਦਾ ਹੁੰਦਾ ਸੀ। ਰਵਿੰਦਰ ਨਾਥ ਟੈਗੋਰ ਦੀ ਗਲਤ ਬੰਗਲਾ ਬੱਚਿਆਂ ਨੂੰ ਕਿਹਾ ਜਾਂਦਾ ਸੀ ਠੀਕ ਕਰੋ, ਯਾਨੀ ਮੂਰਖਤਾ ਇਹ ਨਹੀਂ ਹੈ ਵੀ ਸਾਡਾ ਹੀ ਹੱਕ ਹੈ ਮੂਰਖਤਾ 'ਤੇ, ਹੋਰ ਲੋਕਾਂ ਕੋਲ ਵੀ ਇਹਦੀ ਜਾਇਦਾਦ ਹੈਗੀ।
तो टैगोर हुण संसार चों जा रहा, विदा होना उन्हें, उन्हें गीत लिखे ने कुछ, दो तीन बोल सुना के समाप्ति। तू जख्म दित्ते पिता, मैं तेरा शुकराना कीता, जख्म राजी होए, मैं तेरा शुकराना कीता, हुण तेरे अगे मेरी बेनती है, एक राजी होए जख्मा दे निशान तां देख लेंगे एक बार। ए टैगोर। मैत्री देवी एस एन दास गुप्ता दी धी दार्जिलिंग दी वसनीक बार बार कहिंदी गर्मियां तां साडे कोल बिता दिया करो, मन गए एक बारी उम्र दी अखीरलियां गर्मियां दार्जिलिंग बिताईयां, वह गल्लां करदी रहिंदी सी, नोट करदी रहिंदी सी, एक बार दियां गर्मी दे छुट्टियां च एक किताब आ गई टैगोर बाय फायर साइड, तुसीं किताब पढ़ के देखियो, लिखदी है किताब च उच्चा सुनन लग गया सी, असीं कन्न दे नज़दीक जाके कुछ पुछदे जवाब उड़ीकदे, एक दिन हस पे कहिंदे मैत्री कुदरत ने दित्ते सन कन्न, जे वापस मंगण आ गई फिर इतराज किस गल दा, अखां तां रहन देगी मेरे कोल कि अखां भी मंगण आएगी। मैत्री मेरे वर्गा दर्शक कित्थों मिलेगा कुदरत नूं दुबारा। अगला वाक, मैत्री कुदरत नूं की हो गया, अपने हाथ नाल अपनी ही जेब क्यों कुतरी जांदी है। अगला वाक, उदास होण दी लोड़ नहीं मैत्री, तुहाडियां अखां दे सामने जिहड़ा टैगोर बैठा है ये नहीं रहेगा, एक टैगोर तुहाडियां अखां दे पिछे भी बैठा है वो इत्थे ही रहेगा। एक दिन मैत्री कहिंदी जी सोहना संगीत सुन के दिल उदास क्यों हो जांदा है। उत्तर, गलत बंदे नूं सवाल पुछिया मैत्री, संगीत दी गैर हाजरी विच भी जिस दियां अखां डुबडवाईयां रहन वो तेरे सवाल दा की जवाब देगा। जा रहे हुण संसार चों भाईओ, एक गीत है उहदा, भाईओ मैं अपना होमवर्क कर लिया है हुण मैनूं छुट्टी दिओ, मैं अपने घर दी मालकी दे हथियार, मैं अपनी घर दी मालकी दे अधिकार छड्डे, मैं तुहानूं अपनियां चाबियां सौंपता दित्तियां, तुहाडे विच रहा लम्मा समां, तुहाडे चों लिया बहुता कुछ उहदे बदले दित्ता बहुत थोड़ा, हुण जाण लग्गियां मैनूं तुहाडे दो तीन मिठे बोल चाहीदे ने सफर च मेरे काम आउणगे, अमृत वेले जदों मंदर विच्चों टलियां दी आवाज़ सुनो तां समझ जायो कि मैं पहुँच गया। लास्ट, मेरा घर छोटा है ना पिता, इस करके जेड़ा मेहमान एक बारी चला जांदा है मुड़ के कदे नहीं आउंदा, मेरा घर तंग है ना पिता, जेड़ा मेहमान एक बारी चला जांदा है वापस नहीं परतदा कदी, विछड़े मेहमानों के पिछे पिछे मैं भी तेरे को आन लगा हूँ, तेरा घर वड्डा तेरा दिल वड्डा, अपने घर च मैनू भी थोड़ी जी थां दई, इस तंग घर च दोबारा ना भेजी, बहुत बहुत मेहरबानी तुहाडी।